ਸਤ ਨਾਮ ਸਖਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈ ਕੰਬਰ ਪ੍ਰਸੰਨ ਹੋਏ ਜਿਸ ਤੇ ਹਿੰਦੂ ਤੁਰਕ ਬਨਾ ਸਭ ਜਬ ਕਿਸ ਤੇ ਸਰਬ ਭਾਂਤ ਮਹ ਸਮਰਥ ਤੁਮ ਹੋ ਬਦਹ ਦੀਨ ਠਾ ਨੋਹ ਬਿਦ ਤਿਮ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ ਔਰ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਪਾਠ ਕੀਰਤਨ ਬੜੇ ਪ੍ਰੇਮ ਨਾਲ ਸਰਵਣ ਕੀਤਾ ਹੈ ਆਓ ਹੁਣ ਗੁਰੂ ਆਰਾਏ ਸਾਹਿਬ ਜੀ ਦੇ ਚਰਨਾਂ 'ਚ ਆਪਣੀ ਸੁਰਤ ਜੋੜੀਏ ਜਦੋਂ ਔਰੰਗਜ਼ੇਬ ਨੇ ਦਾਰਾ ਸ਼ਿਕੋ ਮੁਰਾਦ ਬਖਸ਼ ਜਾ ਮੁਹੰਮਦ ਵਰਗੇ ਕਤਲ ਕਰ ਦਿੱਤੇ ਔਰ ਮਹਾਨ ਸੰਤ ਸੂਫੀ ਫਕੀਰ ਸ਼ਰਮਦ ਵੀ ਕਤਲ ਕਰ ਦਿੱਤਾ ਬਹੁਤ ਸਾਰੀਆਂ ਬੇਸ਼ਵਾਮਾਂ ਨੂੰ ਵੀ ਦਰਿਆ ਜਮਨਾ 'ਚ ਡੋਬ ਕੇ ਮਾਰ ਦਿੱਤਾ ਹਜ਼ਾਰਾਂ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਸੂਫੀ ਸੰਤਾਂ ਬੇਨਵੇਂ ਫਕੀਰਾਂ ਸਾਰਿਆਂ ਨੂੰ ਉਸਨੇ ਪਰੇਸ਼ਾਨ ਕੀਤਾ ਫਿਰ ਉਸ ਦਾ ਧਿਆਨ ਹਿੰਦੂਆਂ ਵੱਲ ਗਿਆ ਕਾਜੀ ਮੋਲਾਣਿਆਂ ਨੇ ਉਸ ਨੂੰ ਜਾ ਕੇ ਕਿਹਾ ਵੀ ਹਿੰਦੂ ਵੀ ਕਾਫਰ ਹਨ ਹਿੰਦੂ ਬੁੱਤਾਂ ਦੀ ਪੂਜਾ ਕਰਦੇ ਹਨ ਮੂਰਤੀਆਂ ਦੀ ਪੂਜਾ ਕਰਦੇ ਹਨ ਜਿਹੜੀ ਕਿ ਸ਼ਰਅ ਵਿੱਚ ਵਿਰੋਧ ਲਿਖਿਆ ਹੋਇਆ ਵੀ ਬੁੱਤਾਂ ਦੀ ਪੂਜਾ ਨਹੀਂ ਕਰਨੀ ਪੱਥਰਾਂ ਨੂੰ ਨਹੀਂ ਪੂਜਣਾ ਹਿੰਦੂ ਕਰਦੇ ਹਨ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਕਾਜੀ ਮੋਲਾਣਿਆਂ ਨੇ ਮਸਾਲੇ ਲਾ ਲਾ ਕੇ ਬਾਦਸ਼ਾਹ ਔਰੰਗਜ਼ੇਬ ਦੇ ਇਨ ਨੇ ਕੰਨ ਪੜਕਾ ਭਰ ਦਿੱਤੇ ਇਨਾਂ ਉਸ ਨੂੰ ਹਿੰਦੂ ਧਰਮ ਦੇ ਵਿਰੋਧ ਪੜਕਾ ਦਿੱਤਾ ਕਿ ਉਹ ਹਿੰਦੂਆਂ ਦਾ ਪੱਕਾ ਵੈਰੀ ਬਣ ਗਿਆ ਜੋ ਕਾਜੀ ਕਹਿ ਰਹੇ ਨੇ ਮੋਲਾਣੇ ਕਹਿ ਰਹੇ ਨੇ ਕਬੀਰ ਰਾਜਪਾਈ ਸੰਤੋਖ ਸਿੰਘ ਸਾਹਿਬ ਜੀ ਉਹਦਾ ਜ਼ਿਕਰ ਕਰਦੇ ਨੇ ਆਓ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਪੈ ਕੰਬਰ ਪ੍ਰਸੰਨ ਹੋਏ ਜਿਸ ਤੇ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਾਜੀ ਮੋਲਾਣੇ ਕਹਿੰਦੇ ਇਹੋ ਜਿਹਾ ਕੰਮ ਕਰ ਵੀ ਤੇਰੇ ਤੇ ਹਜਰਤ ਮੁਹੰਮਦ ਸਾਹਿਬ ਦੀ ਖੁਸ਼ੀ ਹੋ ਜਾਵੇ Hindu Turk ਬਣੈ ਜਬ ਕਿਸ ਤੇ ਜਦੋਂ Hindu ਮੁਸਲਮਾਨ ਬਣ ਜਾਣ ਕੋਈ ਬੰਦਾ ਕੋਈ ਰਾਜਾ ਕੋਈ ਮਹਾਰਾਜਾ ਕੋਈ ਵੀ ਆਦਮੀ ਕਿਸੇ ਹਿੰਦੂ ਨੂੰ ਮੁਸਲਮਾਨ ਬਣਾਉਂਦਾ ਹੈ ਜਾਂ ਕਿਸੇ ਹੋਰ ਧਰਮ ਦੇ ਬੰਦੇ ਨੂੰ ਇਸਲਾਮ ਵਿੱਚ ਲੈ ਕੇ ਆਉਂਦਾ ਉਹਨੂੰ ਕਹਿੰਦੇ ਬੜਾ ਸਵਾਬ ਮਿਲਦਾ ਹੈ ਬੜਾ ਪੁੰਨ ਲੱਗਦਾ ਹੈ ਇਸ ਕਰਕੇ ਦਿਨ ਰਾਤ ਸਾਧ ਸੰਗਤ ਜੀ ਮੁਸਲਮਾਨ ਇਸੇ ਗੱਲ ਤੇ ਤੁਲੇ ਰਹਿੰਦੇ ਵੀ ਸਾਰਿਆਂ ਨੂੰ ਆਪਾਂ ਮੁਸਲਮਾਨ ਬਣਾਣਾ ਤੇ ਇਹਨਾਂ ਨੂੰ ਪੁੱਛੀਏ ਵੇ ਜਿਹੜੇ ਤੁਹਾਡੇ ਮੁਸਲਮਾਨ ਟਾਈਮ ਨਾਲ ਨਮਾਜ਼ ਨਹੀਂ ਪੜ੍ਹਦੇ ਜਿਹੜੇ ਕੁਰਾਨ ਦੀ तिलावत ਨਹੀਂ ਕਰਦੇ ਜਾਂ ਮੁਸਲਮਾਨਾਂ ਦੇ ਘਰ ਜੰਮ ਕੇ ਘਹਾਉਂਦੇ ਮੁਸਲਮਾਨ ਨੇ ਚੋਰੀਆਂ ਠਗੀਆਂ ਬੇਈਮਾਨੀਆਂ ਕਰਦੇ ਤੁਸੀਂ ਉਹਨਾਂ ਨੂੰ ਪ੍ਰਚਾਰ ਕਰ ਲਓ ਪਹਿਲਾਂ ਪੱਕਾ ਕਰ ਲਓ ਧਰਮ ਦੇ ਵਿੱਚ ਇਹ ਗਿਣਤੀ ਵਿਧਾਨ ਦਾ ਇੱਕ ਸਾਦ ਸੰਗਤ ਜੀ ਤਰੀਕਾ ਹੈ ਵੀ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਓ ਦੂਜਾ ਕੋਈ ਧਰਮ ਨਾ ਰਵੇ ਆਪਣੇ ਪੱਲੇ ਧਰਮ ਹੈ ਨਹੀਂ ਦੂਜੇ ਨੂੰ ਰਹਿਣ ਨਹੀਂ ਦੇਣਾ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ ਪਰ ਜ਼ਿਆਦਾਤਰ ਇਹ ਹਾਲਤ ਹੁੰਦੀ ਹੈ ਸੋ ਕਹਿਣ ਲੱਗੇ ਆਪਾਂ ਹਿੰਦੂਆਂ ਨੂੰ ਜੇ ਮੁਸਲਮਾਨ ਬਣਾਵਾਂਗੇ ਤੇ ਬੜਾ ਪੁੰਨ ਮਿਲੇਗਾ ਸਰਬ ਭਾਂਤ ਮਹ ਸਮਰਥ ਤਮਹ ਤੁਸੀਂ ਬਾਦਸ਼ਾਹ ਔਰੰਗਜ਼ੇਬ ਬੜੇ ਸਿਆਣੇ ਹੋ ਸਮਰਾਥੋ ਤੁਹਾਨੂੰ ਅੱਜ ਪਾਵਰ ਮਿਲੀ ਹੈ ਤੁਸੀਂ ਦੀਨ ਇਸਲਾਮ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ ਇਸ ਕਰਕੇ ਨਾ ਕਾਫਰਾਂ ਨੂੰ ਹਿੰਦੂਆਂ ਨੂੰ ਮੁਸਲਮਾਨ ਬਣਾਈਏ ਛੇਤੀ ਨਾਲ ਤੁਹਾਡੇ ਰਾਜਕਾਲ ਦੇ ਅੰਦਰ ਅੰਦਰ ਹਿੰਦੂ ਧਰਮ ਖਤਮ ਹੋ ਜਾਣਾ ਚਾਹੀਦਾ ਹੈ ਕੋਈ ਬੁੱਤ پرست ਕੋਈ ਮੂਰਤੀ ਪੂਜਕ ਰਹਿਣਾ ਨਹੀਂ ਚਾਹੀਦਾ ਬਤਹ ਦੀਨ ਠਾ ਨੋ ਬਿਦ ਤਿਮਹ ਆ ਇਹ ਸਾਰੇ ਲੋਕ ਮੁਸਲਮਾਨ ਬਣ ਜਾਣ ਦੀਨ ਦਾ ਵਾਅਦਾ ਹੋਵੇਗਾ ਤੁਸੀਂ ਇਹੋ ਜਿਹਾ ਕੰਮ ਕਰੋ ਪਤਾ ਪੂਜਨ ਤੇ ਵਰਚਨ ਕਰਿਯਹ ਇਹਨਾ ਹਿੰਦੂਆਂ ਨੂੰ ਮੂਰਤੀਆਂ ਦੀ ਪੂਜਾ ਤੋਂ ਰੋਕੋ ਸਭ ਤੇ ਕਲਮਾ ਅਪਣ ਉਚਾਰਿਯਹ ਤੇ ਸਾਰਿਆਂ ਕੋਲੋਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਦਾ ਜੋ ਕਲਮਾ ਉਹ ਪੜ੍ਹਾਓ ਜੋ ਕੁਰਾਨ ਸ਼ਰੀਫ ਦਾ ਪਾਠ ਹੈ ਉਹ ਕਰਾਓ ਜਿਹੜੀਆਂ ਹਿੰਦੂਆਂ ਦੀਆਂ ਕਿਤਾਬਾਂ ਹਨ ਹਿੰਦੂਆਂ ਦੇ ਗ੍ਰੰਥ ਹਨ ਵੇਦ ਸ਼ਾਸਤਰ ਇਹ ਖਤਮ ਕਰ ਦਿਓ ਆਪਣੇ ਟਿੱਗ ਇੱਕ ਮਥੁਰਾਪੁਰੀ ਆਪਣੇ ਦਿੱਲੀ ਦੇ ਲਾਗੇ ఆగరే ਔਰ ਦਿੱਲੀ ਦੇ ਵਿੱਚਕਾਰ ਹਿੰਦੂਆਂ ਦੀ ਪੂਰੀ ਹੈ ਹਿੰਦੂਆਂ ਨੇ ਸੱਤ ਪੁਰੀਆਂ ਮੰਨੀਆਂ ਗਈਆਂ ਉਹਨਾਂ ਵਿੱਚ ਇੱਕ ਪੂਰੀ ਮਥਰਾ ਹੈ ਤਹ ਹਿੰਦੂ ਸਭ ਕਰਤੇ ਬੁਰੀ ਇੱਥੇ ਹਿੰਦੂ ਬੜੀ ਬੁਰੀ ਕਰਦੇ ਨੇ ਬੁਰੀ ਕੀ ਕਰਦੇ ਨੇ ਵੀ ਇਸਲਾਮ ਦੀ ਸ਼ਰਾਂ ਨੂੰ ਨਹੀਂ ਮੰਨਦੇ ਸਾਡੇ ਹਿਸਾਬ ਨਾਲ ਬੁਰੇ ਉਹਨੇ ਆਪਣੇ ਹਿਸਾਬ ਨਾਲ ਗੱਲ ਕੀਤੀ ਕਾਜੀ ਮੋਲਾਣੇ ਨੇ ਕਹਿੰਦਾ ਹਿੰਦੂ ਬੜੀ ਬੁਰੀ ਕਰਦੇ ਨੇ ਮੂਰਤੀਆਂ ਪੂਜੀ ਜਾਂਦੇ ਨੇ ਹਰਾ ਇਹਾ ਭਇਓ ਹਮਰੋ ਵੱਡੋ ਤੇ ਕਹਿੰਦੇ ਨੇ ਇੱਥੇ ਸਾਡਾ ਇੱਕ ਵੱਡਾ ਭਗਵਾਨ ਕ੍ਰਿਸ਼ਨ ਹੋਇਆ ਹੈ ਇਸ ਕੀ ਕਥਾ ਬਤਾਏ ਉਹਦੀ ਕਹਾਣੀਆਂ ਉਹਦੀਆਂ ਕਥਾ ਸੁਣਾਉਂਦੇ ਨੇ ਲੋਕਾਂ ਨੂੰ ਭਗਵਤ ਪੁਰਾਣ ਵਿੱਚੋਂ ਸਾਥ ਅਨਿਕ ਇਸਤਰੀਨ ਕੇ ਕਹਿੰਦੇ ਉਹਨੇ 16000 ਇਸਤਰੀਆਂ ਨਾਲ ਵਿਆਹ ਕਰਾਇਆ ਸੀ ਕਰੇ ਬਿਲਾਸ ਬਨਾਏ ਤੇ ਉਹਨਾਂ ਦੇ ਨਾਲ ਨਾਚ ਗਾਣਾ ਕਰਦਾ ਸੀ ਉਹਨਾਂ ਦੇ ਨਾਲ ਰਾਸਲੀਲਾ ਕਰਦਾ ਸੀ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਉਸ ਨੂੰ ਚੌਪਈ ਅਬ ਕਿਸ ਤੇ ਸੋ ਚਲੋ ਹੈ ਬਨਾਵਹਿ ਤੇ ਹੁਣ ਉਸ ਦੇ ਮੁਤਾਬਕ ਉਹਦੇ ਧਰਮ ਨੂੰ ਮੰਨਦੇ ਨੇ ਭਗਵਾਨ ਕ੍ਰਿਸ਼ਨ ਦੀ ਮਤ ਦੇ ਮੁਤਾਬਕ ਉਹਦੇ ਦੱਸੇ ਰਾਹ ਤੇ ਤੁਰ ਕੇ ਉਹਦੀਆਂ ਲੀਲਾ ਬਣਾ ਕੇ ਇੱਕ ਕ੍ਰਿਸ਼ਨ ਬਣ ਜਾਂਦਾ ਹੈ ਗੋਪੀਆਂ ਬਣ ਜਾਂਦੀਆਂ ਨੇ ਉਹਦਾ ਹੀ ਨੱਚਦੇ ਗਾਉਂਦੇ ਨੇ ਕਰ ਸ਼ਿੰਗਾਰ ਨਾ ਚਹ ਅਰਗਾਵਹਿ ਉਹਦਾ ਹੀ ਰਾਸ ਲੀਲਾ ਕਰਦੇ ਨੇ ਨੱਚਣ ਗਾਵਣ ਗੋਪੀਆਂ ਗਾਵਣ ਕਾਂਣ ਗਾਵਣ ਸੀਤਾ ਰਾਜੇ ਰਾਮ ਸ਼ਿੰਗਾਰ ਕਰਕੇ ਨੱਚਦੇ ਗਾਉਂਦੇ ਨੇ Hindu ਬਕ ਹੈ ਕੁਫਰ ਕੁਛ ਸੋਨੇ ਹੋਣਾ ਜਾਈ ਹੈ ਬਾਦਸ਼ਾ ਉਹ ਬੜਾ ਕੁਫਰ ਬਕਦੇ ਨੇ ਸਾਡੇ ਕੋਲ ਤੇ ਉਹ ਕੁਫਰ ਸੁਣਿਆ ਨਹੀਂ ਜਾਂਦਾ ਬਿਗਸਾ ਖੇਲਾ ਹੈ ਮੋਦ ਬੜਾਈ ਬੜੇ ਹੱਸਦੇ ਨੇ ਹੋਲੀ ਖੇਡਦੇ ਨੇ ਰੰਗ ਉਡਾਉਂਦੇ ਨੇ ਖੁਸ਼ ਹੁੰਦੇ ਨੇ ਤੇ ਬੜੇ ਪ੍ਰਸੰਨ ਹੋ ਕੇ ਹਿੰਦੂ ਹੋਲੀ ਮਨਾਉਂਦੇ ਨੇ ਹੋਰ ਜਨਮ ਅਸ਼ਟਮੀ ਕ੍ਰਿਸ਼ਨ ਦੀ ਮਨਾਉਂਦੇ ਨੇ ਉੱਥੇ ਬੜੇ ਤਾ ਬੜੇ ਤਿਹਾੜ ਮਨਾਉਂਦੇ ਨੇ ਕ੍ਰਿਸ਼ਨ ਭਗਵਾਨ ਨੂੰ ਪੂਜਦੇ ਨੇ ਉਹਨੂੰ ਅੱਲਾ ਦਾ ਖੁਦਾ ਦਾ ਬਰਾਬਰ ਸਮਝਦੇ ਨੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਲੱਗਦਾ ਹੈ ਕਰਹ ਪਾਪ ਜਸਤੇ ਹੋਏ ਸ਼ੋਕ ਹਾਂ ਉਹ ਬੜਾ ਪਾਪ ਕਰਦੇ ਨੇ ਮੂਰਤੀਆਂ ਨੂੰ ਪੂਜਦੇ ਨੇ ਰਾਸ ਲੀਲਾ ਕਰਦੇ ਨੇ ਫਿਰ ਉਹਨੂੰ ਧਰਮ ਦੱਸਦੇ ਨੇ ਸਾਨੂੰ ਇਸ ਗੱਲ ਨੂੰ ਵੇਖ ਕੇ ਬੜੀ ਚੜ ਚੜਦੀ ਹੈ ਬੜਾ ਸੋਕ ਲੱਗਦਾ ਹੈ ਇਮ ਕਰ ਚਾਹਤ ਸੁਖ ਪਰਲੋਕ ਇਸ ਕਰਕੇ ਪਰ ਲੋਕ ਦੇ ਸੁੱਖਾਂ ਨੂੰ ਜਿਹੜਾ ਚਾਹੁੰਦਾ ਹੈ ਉਹ ਇਹਨਾਂ ਦੇ ਮਗਰ ਨਹੀਂ ਲੱਗਦਾ ਪਰ ਇਹ ਸਮਝਦੇ ਆ ਵੀ ਅਸੀਂ ਸਵਰਗਾਂ ਨੂੰ ਜਾਵਾਂਗੇ ਅਸੀਂ ਸਹੀ ਆ ਹਿੰਦੂਆਂ ਦੇ ਧਰਮ ਦੇ ਵਿੱਚ ਉਹ ਮੁਸਲਮਾਨਾਂ ਦੀ ਸਾਡੀ ਇਸਲਾਮ ਦੀ ਸਿੱਖਿਆ ਨੂੰ ਤੇ ਸਮਝਦੇ ਹੀ ਨਹੀਂ ਉਹ ਕਹਿੰਦੇ ਐਵੇਂ ਹੀ ਆ ਤੇ ਆਪਣੇ ਧਰਮ ਦੀ ਉਹ ਬੜੀ ਵੱਡੀ ਵਡਿਆਈ ਦੱਸਦੇ ਹਨ ਸਿਕੋ ਬੁੱਤ ਬਣਾਏ ਬਹਪਾਂਤੀ ਉਹ ਇਹਨਾਂ ਦਾ ਕੋਈ ਵੱਡਾ ਹੋਇਆ ਹੈ ਕ੍ਰਿਸ਼ਨ ਉਹਦੀ ਮੂਰਤੀਆਂ ਬਣਾ ਕੇ ਉਹਦੇ ਬੁੱਤ ਬਣਾ ਕੇ ਮਥਰਾ ਚ ਪੂਜੇ ਜਾਂਦੇ ਹਨ ਪੂਜਹਿ ਬਿ ਵਿਦ ਦਿਵਸ ਅਰ ਰਾਤੀ ਦਿਨ ਰਾਤ ਉਹਦੀ ਪੂਜਾ ਕਰਦੇ ਹਨ ਬਰਹ ਦੀਪਕ ਪੁਸ਼ਪ ਚੜਾਵਹਿ ਦੀਵੇ ਬਾਲਦੇ ਨੇ ਤੇ ਉਹਨੂੰ ਫੁੱਲ ਚੜ੍ਹਾਉਂਦੇ ਨੇ ਆਰਤੀਆਂ ਕਰਦੇ ਨੇ ਟੱਲ ਖੜਕਾਉਂਦੇ ਨੇ ਸ਼ੰਖ ਵਜਾਉਂਦੇ ਨੇ ਚੰਦਨ ਕੇਸਰ ਦਾ ਟਿੱਕਾ ਲਾਉਂਦੇ ਨੇ ਮੂਰਤੀਆਂ ਨੂੰ ਇਸ਼ਨਾਨ ਕਰਾਉਂਦੇ ਨੇ ਚੰਦਨ ਚਰਚਾ ਬਾਜ বাজਾਵਹਿ ਹਾਂ ਬੜੇ ਵਾਜੇ ਗਾਜੇ ਨਗਾਰੇ ਢੋਲ ਰਣ ਸਿੰਘੇ ਵਜਾ ਕੇ ਚੰਦਨ ਦੇ ਨਾਲ ਛਿੜਕਾਓ ਕਰਕੇ ਪੂਜਾ ਕਰਦੇ ਨੇ ਮਿਲ ਕਰ ਇਸਤਰੀ ਪੁਰਖ ਘਨੇਰੇ ਬੜੀਆਂ ਤੂਫਾਂ ਤੁਖਾਉਂਦੇ ਨੇ ਜੋਤਾਂ ਜਗਾਉਂਦੇ ਨੇ ਬੜੀਆਂ ਇਸਤਰੀਆਂ ਨੱਚਦੀਆਂ ਨੇ ਬੰਦੇ ਵੀ ਨੱਚਦੇ ਨੇ ਖੋਟ ਪਰਸਪਰ ਕਰ ਹੈ ਬਡੇਰੇ ਔਰ ਬੜਾ ਖੋਟ ਕਰਦੇ ਨੇ ਬੜਾ ਗਲਤ ਕੰਮ ਕਰਦੇ ਨੇ ਇਸਲਾਮ ਦੇ ਵਿੱਚ ਤਾਂ ਰਚਨਾ ਵੀ ਮਨਾ ਹੈ ਗਾਣਾ ਵੀ ਮਨਾ ਹੈ ਉਹ ਇਸਤਰੀਆਂ ਗਾਉਂਦੀਆਂ ਨੱਚਦੀਆਂ ਨੇ ਮੰਦਰਾਂ ਦੇ ਵਿੱਚ ਇਹ ਸਾਨੂੰ ਲੱਗਦਾ ਹੈ ਵੀ ਇਹ ਧਰਮ ਠੀਕ ਨਹੀਂ ਹੈ ਇਸ ਧਰਮ ਨੂੰ ਖਤਮ ਕਰ ਦੇਣਾ ਚਾਹੀਦਾ ਬਾਦਸ਼ਾਹ ਕਰੇ ਹਜ਼ਾਰੋਂ ਬੁੱਤ ਕੇ ਮੰਦਰ ਆਹ ਹਜ਼ਾਰਾਂ ਬੁੱਤਾਂ ਦੇ ਮੰਦਰ ਬਣਾਏ ਹੋਏ ਨੇ ਹਜ਼ਾਰਾਂ ਮੰਦਰ ਬਣਾਏ ਹੋਏ ਨੇ ਸਾਰਿਆਂ ਮੰਦਰਾਂ 'ਚ ਮੂਰਤੀਆਂ ਬਣਾ ਬਣਾ ਕੇ ਪੱਥਰ ਦੀਆਂ ਇਹਨਾਂ ਹਿੰਦੂਆਂ ਨੇ ਰੱਖੀਆਂ ਹੋਈਆਂ ਨੇ ਲਾਏ ਦਰਬਰ ਚ ਰਾਖੇ ਸੁੰਦਰ ਪੈਸਾ ਵੀ ਬੜਾ ਲਾਇਆ ਹੋਇਆ ਬੜੇ ਬੜੇ ਵਧੀਆ ਮੰਦਰ ਬਣਾਏ ਨੇ ਪੱਥਰ ਦੇ ਆਲੀਸ਼ਾਨ ਸੁੰਦਰ ਹਜ਼ਾਰਾਂ ਸਾਲਾਂ ਤੋਂ ਇਹਨਾਂ ਦੇ ਬਣੇ ਹੋਏ ਨੇ ਉਹਨਾਂ ਮੰਦਰਾਂ ਦੇ ਵਿੱਚ ਪੰਡਤ ਲੋਕ ਪੁਜਾਰੀ ਲੋਕ ਪੂਜਾ ਕਰਦੇ ਨੇ ਸਭ ਹਿੰਦੂ ਇਨਮਾਨਤ ਅਹ ਤੇ ਸਾਰੇ ਹਿੰਦੂ ਇਹਨਾਂ ਨੂੰ ਮੰਨਦੇ ਨੇ ਦੂਰੋਂ ਦੂਰੋਂ ਹਿੰਦੂ ਆਉਂਦੇ ਨੇ ਤੇ ਮਥਰਾ ਦੇ ਵਿੱਚ ਪੰਡਤਾਂ ਨੂੰ ਦਾਨ ਪੁੰਨ ਵੀ ਦਿੰਦੇ ਨੇ ਧਰਮ ਆਪਣੇ ਕੋ ਨਿਰਭਾ ਆਪਣੇ ਧਰਮ ਨੂੰ ਨਿਭਾਉਂਦੇ ਨੇ ਉਹ ਕਹਿੰਦੇ ਸਾਡਾ ਧਰਮ ਇਦਾਂ ਹੀ ਚੱਲਦਾ ਉਹਨਾਂ ਦਾ ਧਰਮ ਪਤਾ ਨਹੀਂ ਕਿਦਾਂ ਦਾ ਹੈ ਉਹ ਪੱਥਰਾਂ ਦੀ ਪੂਜਾ ਵਿੱਚ ਹੀ ਧਰਮ ਮੰਨਦੇ ਨੇ ਆਪ ਚਲੋ ਬੁੱਤ ਦੇਹ ਫੁਰਾਏ हे ਬਾਦਸ਼ਾਹ ਇੱਕ ਵਾਰੀ ਤੁਸੀਂ ਆਪ ਚੱਲੋ ਮਥਰਾ ਸ਼ਹਿਰ ਵਿੱਚ ਮਥਰਾ 'ਚ ਜਾ ਕੇ ਜਿੰਨੇ ਵੀ ਬੁੱਤ ਨੇ ਹਿੰਦੂਆਂ ਦੀਆਂ ਮੂਰਤੀਆਂ ਨੇ ਤੋੜ ਦਿਓ ਮੰਦਰ ਦੇਹੋ ਬਿਦਾਰ ਸਮਦਾਏ ਜਿੰਨੇ ਕ੍ਰਿਸ਼ਨ ਦੇ ਬਣਾਏ ਹੋਏ ਹਜ਼ਾਰਾਂ ਮੰਦਰ ਨੇ ਉਹ ਸਾਰੇ ਢਾ ਦਿਓ ਮੰਦਰ ਤੋੜ ਕੇ ਸਾਰੇ ਸਾਫ਼ ਕਰ ਦਿਓ ਤੇ ਉੱਥੇ ਮਸੀਤਾਂ ਬਣਾ ਦਿਓ ਇਹ ਗੱਲ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਵੀ ਲਿਖੀ ਹੈ ਠਾਕੁਰ ਦਵਾਰੇ ਢਾਏ ਕੇ ਤੇ ਠੌੜੀ ਮਸੀਤ ਉਸਾਰਾ ਕਿ ਠਾਕੁਰ ਦਵਾਰੇ ਮੰਦਰ ਢਾਏ ਸੀਗੇ ਉਤੇ ਮਸੀਤਾਂ ਬਣਾਈਆਂ ਸੀਗੀਆਂ ਤੋ ਇਹ ਬਾਬਰ ਨੇ ਵੀ ਕੰਮ ਕੀਤਾ ਔਰੰਗਜ਼ੇਬ ਵੀ ਉਹੀ ਕੰਮ ਕਰਨ ਲੱਗਾ ਹੈ। ਤ੍ਰਸ ਉਪਾਵਹ ਸਭ ਕੋ ਮਾਹੀ ਕਾਜੀ ਮੁਲਾਣੇ ਕਹਿੰਦੇ ਬਾਦਸ਼ਾਹ ਚੱਲ ਮਥਰਾ ਸ਼ਹਿਰ ਦੇ ਵਿੱਚ ਹਿੰਦੂਆਂ ਨੂੰ ਡਰ ਪੈਦਾ ਹੋ ਜਾਏਗਾ ਜੇ ਇੱਕ ਵਾਰੀ ਮਥਰਾ ਪੁਰੀ ਦੇ ਮੰਦਰ ਢਾਹ ਦਿੱਤੇ ਹਿੰਦੂ ਧਰਮ ਅੱਧਾ ਖਤਮ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਵਾਂਗੇ ਤੌਰਿਕ ਜੇ ਬਣ ਹੈ ਤੇ ਹੋ ਸੁਖਤਾਹੀ ਜੇ ਕੋਈ ਮੁਸਲਮਾਨ ਬਣਦਾ ਹੈ ਕੋਈ ਹਿੰਦੂ ਕੋਈ ਬ੍ਰਾਹਮਣ ਇਸਲਾਮ ਨੂੰ ਕਬੂਲ ਕਰ ਲੈਂਦਾ ਹੈ ਉਹਨੂੰ ਵਧੀਆ-ਵਧੀਆ ਸਹੂਲਤਾਂ ਦਿੱਤੀਆਂ ਜਾਣ ਉਹਨੂੰ ਨੌਕਰੀ ਸਰਕਾਰੀ ਪੱਕੀ ਦਿੱਤੀ ਜਾਵੇ ਉਹਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਫ੍ਰੀ ਹੋਵੇ ਉਹਨੂੰ ਖਾਣ-ਪੀਣ ਨੂੰ ਰੋਜੀ ਰੋਟੀ ਦਾ ਬੰਦੋਬਸਤ ਕਰਕੇ ਦਿਓ ਲਾਲਚ ਨੂੰ ਵੀ ਕਈ ਲੋਕ ਹਿੰਦੂ ਜਿਹੜੇ ਨੇ ਉਹ ਮੁਸਲਮਾਨ ਬਣ ਜਾਣਗੇ ਉਤਮ ਥਾਨ ਹਿੰਦੂਆਂ ਕੇ ਜਹ ਜਿੰਨੇ ਵੀ ਹਿੰਦੂਆਂ ਦੇ ਉਤਮ ਸਥਾਨ ਨੇ ਤੀਰਥ ਨੇ ਜਿਵੇਂ ਹਰਦੁਆਰ ਹੈ Allahabad ਪ੍ਰਯਾਗਰਾਜ ਇਸੇ ਤਰ੍ਹਾਂ ਬਨਾਰਸ ਹੈ ਔਰ ਮਥਰਾ ਹੈ ਅਜोध्या ਹੈ ਇਹ ਜਿੰਨੀ ਦੁਆਰ ਕਾ ਆਦਿਕ ਪੁਰੀਆਂ ਹਨ ਉਜੈਨ ਹੈ ਇਹ ਸਾਰੇ ਹਿੰਦੂਆਂ ਦੇ ਵੱਡੇ ਤੀਰਥ ਨੇ 68 ਤੀਰਥ ਇਹ ਸਾਰੇ ਢਾ ਦੇਣੇ ਚਾਹੀਦੇ ਨੇ ਸਾਧ ਸੰਗਤ ਜੀ ਦੇਖੋ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਵੇ ਨਾ ਇੱਕ ਤਾਂ ਉਹਨਾਂ ਦੇ ਗ੍ਰੰਥ ਸਾੜ ਦਿੰਦੇ ਹਨ ਤੇ ਇੱਕ ਉਹਨਾਂ ਦੇ ਮੰਦਰ ਗੁਰਦੁਆਰੇ ਢਾਹ ਦਿੰਦੇ ਜਿਵੇਂ ਅਬਦਾਲੀ ਅਹਿਮਦ ਸ਼ਾਹ ਨੂੰ ਪਤਾ ਲੱਗਾ ਵੀ ਇਹ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਅੰਮ੍ਰਿਤਸਰ ਦਾ ਜਲ ਛੱਕ ਕੇ ਗੁਰੂ ਰਾਮਦਾਸ ਦੇ ਦਰ ਤੋਂ ਨਵੀਂ ਸ਼ਕਤੀ ਲੈ ਲੈਂਦੇ ਆ ਅਸੀਂ ਇਹਨਾਂ ਨੂੰ ਮਾਰਦੇ ਆਂ ਇਹ ਫਿਰ ਤਿਆਰ ਵਰ ਤਿਆਰ ਹੋ ਜਾਂਦੇ ਆਂ ਇਹਨਾਂ ਦਾ ਹਰ ਮੰਦਰ ਸਾਹਿਬ ਢਾ ਦਿਓ ਸਰੋਵਰ ਪੂਰ ਦਿਓ ਇਹਨਾਂ ਦੇ ਗ੍ਰੰਥ ਸਾੜ ਦਿਓ ਆਪੇ ਖਤਮ ਹੋ ਜਾਣਗੇ ਸੋ ਖਾਲਸਾ ਜੀ ਮਹਾਰਾਜ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਇਹ ਪੰਥ ਗਲਗੀ ਧਰ ਪਾਤਸ਼ਾਹ ਨੇ ਚਲਾਇਆ ਖਤਮ ਤਾਂ ਹੋ ਨਹੀਂ ਸਕਦਾ ਪਰ ਦੁਸ਼ਮਣ ਜਿਹੜੇ ਨੇ ਰੋਜ਼ ਚਾਲਾਂ ਚੱਲਦੇ ਅੱਜ ਵੀ ਸਾਨੂੰ ਸਾਡੇ ਗ੍ਰੰਥਾਂ ਤੋਂ ਹੀ ਬੇਮੁਖ ਕੀਤਾ ਜਾ ਰਿਹਾ ਹੈ ਜਿੰਨਾ ਸਾਡਾ ਲਿਟਰੇਚਰ ਹੈ ਜਿੰਨੇ ਸਾਡੀਆਂ ਜਨਮ ਸਾਖੀਆਂ ਗੁਰੂ ਇਤਿਹਾਸ ਦੇ ਗ੍ਰੰਥ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਸਭ ਤੋਂ ਸਾਨੂੰ ਬੇਮੁਹ ਕਰਦੇ ਹਨ ਇਹ ਸਾਰੀ ਜਿਹੜੀ ਦੁਸ਼ਮਣ ਦੀ ਚਾਲ ਹੁੰਦੀ ਸੋ ਕਹਿੰਦੇ ਵੀ ਇਹਨਾਂ ਦੇ ਗ੍ਰੰਥ ਸਾੜ ਦਿਓ ਹਿੰਦੂਆਂ ਦੇ ਤੇ ਇਹਨਾਂ ਦੇ ਮੰਦਰ ਢਾਹ ਦਿਓ ਸਾਰੇ ਜਦੋਂ ਮੰਦਰ ਢਹਿ ਜਾਣਗੇ ਗ੍ਰੰਥ ਸੜ ਜਾਣਗੇ ਫੇਰ ਹਿੰਦੂ ਜਿਹੜੇ ਨੇ ਮੁੜ ਕੇ ਪੈਦਾ ਨਹੀਂ ਹੋ ਸਕਦੇ ਖਤਮ ਹੋ ਜਾਣਗੇ ਸਭ ਹੈ ਬਦਾਰ ਮਸੀਤ ਰਚੋ ਤਹ ਸਾਰੇ ਮੰਦਰ ਢਾ ਕੇ ਉਥੇ ਮਸੀਤਾਂ ਬਣਾ ਦਿਓ ਬਾਦਸ਼ਾ ਸਲਾਮਤ ਹਿੰਦ ਤਰਾਸ ਦਿਓ ਤੁਰਕ ਬਡਾਈ ਹਿੰਦੂਆਂ ਨੂੰ ਡਰਾ ਦਿਓ ਤੇ ਇਹ ਮੁਸਲਮਾਨਾਂ ਦੇ ਹੌਸਲੇ ਬੁਲੰਦ ਕਰ ਦਿਓ ਮੁਸਲਮਾਨਾਂ ਨੂੰ ਕਹੋ ਵੀ ਤੁਸੀਂ ਹਿੰਦੂਆਂ ਨੂੰ ਮੁਸਲਮਾਨ ਬਣਾਓ ਜਿਵੇਂ ਵੀ ਕੋਈ Hindu Musalman ਬਣਦਾ ਉਹਨੂੰ ਇਸਲਾਮ ਚ ਲਿਆਓ ਉਹਦਾ ਰੁਤਬਾ ਵੱਡਾ ਕਰੋ ਉਹਨੂੰ ਅਹੁਦੇ ਦਿਓ ਉਹਦਾ ਮਾਣ ਸਤਕਾਰ ਵਧਾਓ ਬਿਨਾ ਬਣਾਏ ਸਭ ਬਨ ਜਾਈ ਜੇ ਮੁਸਲਮਾਨਾਂ ਨੂੰ ਵਡਿਆਈ ਮਿਲੇਗੀ Hindu ਵੇਖ ਵੇ ਕੇ ਸੋਚਣਗੇ ਵੀ ਆਪਾਂ ਵੀ ਸਰਕਾਰੀ ਨੌਕਰੀ ਲੈਣੀ ਆ ਆਪਾਂ ਮੁਸਲਮਾਨ ਬਣ ਜਾਣੇ ਕਿਉਂਕਿ ਇੱਕ ਮਸਲਾ ਰੋਟੀ ਦਾ ਵੀ ਹੁੰਦਾ ਹੈ ਧਰਮ ਨਾਲੋਂ ਵੀ ਜ਼ਿਆਦਾ ਬੰਦੇ ਨੂੰ ਰੋਟੀ ਦੀ ਜੜੀ ਹੈ ਨਾ ਇਹ ਪਰੇਸ਼ਾਨੀ ਇਹ ਫਿਰ ਜਦੋਂ ਬੰਦੇ ਨੂੰ ਰੋਟੀ ਨਹੀਂ ਮਿਲਦੀ ਭੁੱਖਾ ਮਰਦਾ ਉਹ ਫਿਰ ਸਾਰੇ ਧਰਮ ਮੰਨ ਲੈਂਦਾ ਬੱਚੇ ਜਦੋਂ ਰੋਂਦੇ ਹਨ ਭੁੱਖ ਦੇ ਨਾਲ ਉਹ ਕਹਿੰਦੇ ਬਾਪੂ ਰੋਟੀ ਲਿਆ ਘਰ ਵਾਲੀ ਕਹਿੰਦੀ ਕੋਈ ਖਵਾਉਣ ਨੂੰ ਕੰਮ ਬੱਚਿਆਂ ਦੇ ਘਰ ਕੋਈ ਬੰਦੋਬਸਤ ਉਹ ਫਿਰ ਜਿੱਥੇ ਵੀ ਜੇ ਕੋਈ ਜਿਹੜੀ ਵੀ ਕੋਈ ਗੱਲ ਮਨਾਵੇ ਉਹੀ ਮੰਨਣੀ ਪੈਂਦੀ ਹੈ ਫਿਰ ਕਹਿੰਦੇ ਹਿੰਦੂਆਂ ਨੂੰ ਤੰਗ ਕਰੋ ਵਧੀਆ ਨੌਕਰੀ ਨਾ ਦਿਓ ਵਧੀਆ ਖਾਣ ਪੀਣ ਦਾ ਸਮਾਨ ਨਾ ਦਿਓ ਦੇ ਮੁਸਲਮਾਨਾਂ ਨੂੰ ਵਧੀਆ ਸਾਧਨ ਸੁਹੂਲਤਾਂ ਦੇਓ ਦੇਖਦੇ ਕਿ ਹਿੰਦੂ ਆਪੇ ਹੀ ਮੁਸਲਮਾਨ ਬਣ ਜਾਣਗੇ ਇਤਿਹਾਦਿਕ ਕਹਿ ਬਹੁਤ ਸਮਝਾਵਾ ਇਸ ਤਰ੍ਹਾਂ ਬਹੁਤ ਸਮਝਾਇਆ ਬਹੁਤ ਤਰੀਕਿਆਂ ਦੇ ਨਾਲ ਬਾਦੀ ਨੌਰੰਗ ਬਾਦ ਉਠਾਵਾ ਬਾਦੀ ਝਗੜਾਲੂ ਔਰੰਗਜੀਬ ਨੇ ਇਹ ਬਾਦ ਛੇੜਦਿਆ ਇਹ ਝਗੜਾ ਛੇੜਦਿਆ ਦੀਨ ਬਦਾਵਨ ਕੀ ਅਬਿਲਾ ਕਾਜ਼ੀਆਂ ਮੌਲਾਣਿਆਂ ਦੇ ਆਖੇ ਲੱਗ ਕੇ ਪਾਪੀ ਔਰੰਗਜੀਬ ਨੇ ਹਿੰਦੂ ਧਰਮ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਇੱਛਾ ਇਹ ਸੀ ਵੀ ਸਾਰੇ ਪਾਸੇ ਦੀਨ ਵਧੇਗਾ ਸਾਡਾ ਇਸਲਾਮ ਹੀ ਵਧੇਗਾ ਹੋਰ ਕੋਈ ਧਰਮ ਨਹੀਂ ਰਹਿਣਾ ਚਾਹੀਦਾ ਬਸ ਮੁਸਲਮਾਨ ਹੀ ਮੁਸਲਮਾਨ ਹੋਣੇ ਚਾਹੀਦੇ ਐ ਇਸ ਇਰਾਦੇ ਨਾਲ ਔਰੰਗਜ਼ੇਬ ਨੇ ਹਿੰਦੂ ਧਰਮ ਸਥਾਨਾਂ ਦੀ ਬੇਅਦਵੀਂ ਕਰਨੀ ਸ਼ੁਰੂ ਕਰ ਦਿੱਤੀ ਚਲਹ ਪੋਰ ਕੋ ਚੜ ਕਰ ਭਾਖਾ ਕਹਿਣ ਲੱਗਾ ਸਵੇਰੇ ਹੀ ਚੱਲਾਂਗੇ ਮਥਰਾ ਤੇ ਆਪਣੇ ਨੇੜੇ ਹੀ ਐ ਪਹਿਲਾਂ ਮਥਰਾ ਨੂੰ ਹੀ ਵੇਖੀਏ ਕਈ ਵਾਰੀ ਔਰੰਗਜੇਬ ਮਥਰਾ ਤੋਂ ਲੰਘਿਆ ਸੀ ਆਉਂਦਾ ਜਾਂਦਾ ਉੱਥੇ ਠਹਿਰਿਆ ਸੀ ਅੱਜ ਔਰੰਗਜੇਬ ਨੇ ਮਥਰਾ ਦੇ ਮੰਦਰ ਤੋੜਨ ਦਾ ਇਰਾਦਾ ਕਰ ਲਿਆ ਦੋਹਰਾ ਭਈ ਪੌਰਣੋ ਰੰਗ ਚੜਿਆ ਸਾਧ ਸੰਗਤ ਜੀ ਦਾ ਸਵੇਰ ਹੋਈ ਦਿੱਲੀ ਤੋਂ ਔਰੰਗਜੇਬ ਚੜ ਪਿਆ ਮਥਰਾ ਕੇ ਸਮਹਾਏ ਮਥਰਾ ਵਾਲੇ ਪਾਸੇ ਮੂੰਹ ਕਰ ਲਿਆ 150 ਕਿਲੋਮੀਟਰ ਹੈ ਜੀ ਦਿੱਲੀ ਤੋਂ ਮਥਰਾ ਜੇ ਪੈਦਲ ਵੀ ਕੋਈ ਜਾਵੇ ਦੋ ਤਿੰਨ ਦਿਨ ਚ ਪਹੁੰਚ ਜਾਂਦਾ ਸੋ ਬਾਦਸ਼ਾਹ ਦੀਆਂ ਫੌਜਾਂ ਮਾਰੋ-ਮਾਰ ਕਰਦੀਆਂ ਮਥਰਾ ਪਹੁੰਚ ਗਈਆਂ ਬਾਦ ਕਰਨ ਹਿੰਦਵਾਨ ਸ ਹਿੰਦੂਆਂ ਨਾਲ ਝਗੜਾ ਕਰਨ ਲਈ ਹਿੰਦੂਆਂ ਦੇ ਧਰਮ ਸਥਾਨ ਮਥਰਾ ਨੂੰ ਤਹਿਸ਼ ਨਹਿਸ਼ ਕਰਨ ਲਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਨੂੰ ਖਤਮ ਕਰਨ ਲਈ ਹਜ਼ਾਰਾਂ ਦੇ ਇਤਿਦਾਦ ਵਿੱਚ ਫੌਜਾਂ ਲੈ ਕੇ ਮਥਰਾ ਨੂੰ ਜਾ ਕੇ ਰਾ ਪਾਇਆ ਔਰੰਗੇ ਨੇ ਮਹਾ ਮੂੜ ਦੁਖਦਾਇ ਮਹਾ ਮੂਰਖ ਤੇ ਸੰਤਾਂ ਦਾ ਵੈਰੀ ਦੁਖਦਾਈ ਧਰਮ ਦਾ ਦੋਖੀ ਔਰੰਗਾ ਮਥਰਾ ਸ਼ਹਿਰ ਚ ਜਾ ਪਹੁੰਚਿਆ ਹੈ ਚੜ ਅਸਵਾਰੀ ਨਉ ਰੰਗ ਧਾਇ ਔਰੰਗ ਜੇਬ ਸਵਾਰੀ ਤੇ ਚੜਿਆ ਬੜੀ ਛੇਤੀ ਨਾਲ 1-2 ਦਿਨਾਂ ਵਿੱਚ ਹੀ ਉੱਥੇ ਪਹੁੰਚ ਗਿਆ ਮਥਰਾ ਆਏ ਸਿਵਰਨ ਨਿਜ ਪਾਇ ਤੇ ਆ ਕੇ ਮਥਰਾ ਚ ਉਹਨੇ ਆਪਣੀ ਛਾਉਣੀ ਪਾ ਲਈ ਇਰੇ ਮੰਦਰ ਖਰੇ ਹਜ਼ਾਰ ਉਹਨੇ ਨਿਗਾਹ ਮਾਰੀ ਇੱਕ ਨਹੀਂ ਦੋ ਨਹੀਂ 5000 ਮੰਦਰ ਖੜਾ ਕਿਉਂਕਿ ਮਥਰਾ ਸ਼ਹਿਰ ਦੇ ਵਿੱਚ ਗੋਕਲ ਦੇ ਵਿੱਚ ਬ੍ਰਿੰਦਾਬਨ ਦੇ ਵਿੱਚ ਬ੍ਰਿਜ ਭੂਮੀ ਦੇ ਵਿੱਚ ਜਿੱਥੇ ਜਿੱਥੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਲੀਲਾ ਕੀਤੀ ਹੈ ਉਹਨਾਂ ਤੋਂ ਬਾਅਦ ਬੜੇ-ਬੜੇ ਮਹਾਤਮਾ ਮਹਾਪੁਰਸ਼ ਸੰਤ ਆਉਂਦੇ ਰਹੇ ਨੇ ਬੜੇ-ਬੜੇ ਸਾਧੂ ਤਪਸਵੀ ਕਰਨੀ ਵਾਲੇ ਉਹ ਆਪੋ ਆਪਣੇ ਮੰਦਰ ਬਣਾਉਂਦੇ ਰਹੇ ਨੇ ਤੇ ਉਹਨਾਂ ਸਾਰਿਆਂ ਵਿੱਚ ਕ੍ਰਿਸ਼ਨ ਭਗਤੀ ਹੁੰਦੀ ਹੈ ਉੱਥੋਂ ਦਾ ਵਾਤਾਵਰਣ ਹੈ ਅੱਜ ਵੀ ਉੱਥੇ ਉਸੇ ਤਰ੍ਹਾਂ ਹੀ ਹੈ ਤੋ ਰੰਗਜੀਬ ਨੇ ਜਦੋਂ ਹਜ਼ਾਰਾਂ ਮੰਦਰ ਵੇਖੇ ਬੜੇ ਆਲੀਸ਼ਾਨ ਮੰਦਰ ਬਣੇ ਹੋਏ Hindu ਰਾਜਿਆਂ ਦੇ ਬਣਾਏ ਹੋਏ ਮੰਦਰ ਸੰਤਾਂ ਮਹਾਪੁਰਸ਼ਾਂ ਦੇ ਬਣਾਏ ਹੋਏ ਮੰਦਰ ਜਦੋਂ ਔਰੰਗੇ ਨੇ ਵੇਖੇ ਹਨ ਮੂਰਤ ਅੰਦਰਪ ਵਿਦ ਪ੍ਰਕਾਰ ਤੇ ਉਹਨਾਂ ਮੰਦਰਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਮੂਰਤੀਆਂ ਨੇ ਕੋਈ ਰਾਧਾ ਕ੍ਰਿਸ਼ਨ ਦਾ ਮੰਦਿਰ ਹੈ ਤੇ ਕੋਈ ਰਾਧਾ ਤੇ ਰੁਕਮਣੀ ਦਾ ਮੰਦਿਰ ਹੈ ਕੋਈ ਕ੍ਰਿਸ਼ਨ ਦਾ ਮੰਦਿਰ ਹੈ ਕੋਈ ਰਕਮਣੀ ਦਾ ਮੰਦਿਰ ਹੈ ਕੋਈ ਕ੍ਰਿਸ਼ਨ ਤੇ ਨਾਲ ਰਾਧਾ ਦਾ ਮੰਦਿਰ ਹੈ ਕੋਈ ਬਲਰਾਮ ਤੇ ਕ੍ਰਿਸ਼ਨ ਦਾ ਮੰਦਿਰ ਹੈ ਕਿਉਂਕਿ ਜਿਹੜੀ ਮੂਰਤੀ ਅੰਦਰ ਰੱਖੀ ਹੁੰਦੀ ਜਿਹਦੀ ਪੂਜਾ ਹੁੰਦੀ ਹੈ ਉਹਦਾ ਮੰਦਿਰ ਮੰਨਦੇ ਨੇ ਜਿਵੇਂ ਅਜोध्या ਵਿੱਚ ਸ੍ਰੀ ਰਾਮਚੰਦਰ ਜੀ ਦੇ ਜ਼ਿਆਦਾ ਮੰਦਿਰ ਨੇ ਮਥਰਾ ਵਿੱਚ ਕ੍ਰਿਸ਼ਨ ਜੀ ਦੇ ਮੰਦਿਰ ਜ਼ਿਆਦਾ ਨੇ ਇੱਥੇ ਕ੍ਰਿਸ਼ਨ ਭਗਤੀ ਜ਼ਿਆਦਾ ਹੈ ਹਜ਼ਾਰਾਂ ਮੰਦਰ ਮਥਰਾ ਦੇ ਵਿੱਚ ਦੇਖੇ ਹਨ ਔਰੰਗੇ ਨੇ ਬਡ ਘੰਟਨ ਕੇ ਸ਼ਬਦ ਉਠੰਤੇ ਮੰਦਰਾਂ ਦੇ ਵਿੱਚ ਆਰਤੀਆਂ ਹੋ ਰਹੀਆਂ ਨੇ ਸ਼ੰਖਨ ਕੀ ਧੁਨ ਘੰਟਨ ਕੀ ਘੰਟੇ ਵੱਜ ਰਹੇ ਨੇ ਸ਼ੰਖ ਵੱਜ ਰਹੇ ਨੇ ਅਨਕ ਰੀਤ ਉਤਸ਼ਾਹ ਕਰੰਤੇ ਅਨੇਕਾਂ ਪ੍ਰਕਾਰ ਦੇ ਉਤਸ਼ਾਹ ਹੋ ਰਹੇ ਨੇ ਉਤਸਵ ਹੋ ਰਹੇ ਨੇ ਕਿਸੇ ਮੰਦਰ ਚ 36 ਪ੍ਰਕਾਰ ਦਾ ਭੋਜਨ ਭੋਗ ਲੱਗ ਰਿਹਾ ਕਿਤੇ 56 ਪ੍ਰਕਾਰ ਦਾ ਭੋਗ ਲੱਗ ਰਿਹਾ ਇਸ ਤਰ੍ਹਾਂ ਮੰਦਰਾਂ ਦੇ ਵਿੱਚ ਮਥਰਾ ਦੇ ਪੀੜਿਆਂ ਦੇ ਭੋਗ ਲੱਗਦੇ ਨੇ ਤੇ ਸੰਗਤਾਂ ਆ ਰਹੀਆਂ ਨੇ ਛੱਕ ਰਹੀਆਂ ਨੇ ਜਾ ਰਹੀਆਂ ਨੇ ਪਖਤਨ ਰੰਗਾ ਚਰ ਬਰ ਗयो ਔਰੰਗਜੇਬ ਨੇ ਹਿੰਦੂ ਧਰਮ ਦੀ ਇਹ ਚੜ੍ਹਦੀ ਕਲਾ ਦਾ ਜਾਹੋ ਜਲਾਲ ਜਦੋਂ ਮਥਰਾ ਚ ਵੇਖਿਆ ਸੜ ਕੇ ਕੋਲਾ ਹੋ ਗਿਆ ਅੱਗ ਲੱਗ ਗਈ ਸੋ ਸਾਧ ਸੰਗਤ ਜੀ ਜਿਹੜਾ ਈਰਖਾਲੂ ਬੰਦਾ ਹੁੰਦਾ ਹੈ ਨਾ ਉਹ ਕਿਸੇ ਦੇ ਧਰਮ ਨੂੰ ਕਿਸੇ ਦੇ ਮਾਨ ਨੂੰ ਕਿਸੇ ਦੇ ਸਤਕਾਰ ਨੂੰ ਕਿਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ برداشت ਨਹੀਂ ਕਰ ਸਕਦਾ ਔਰੰਗੇ ਦੀ ਮਨੋਵਿਰਤੀ ਐਸੀ ਸੀ ਔਰੰਗਾ ਵੇਖ ਕੇ ਮਥਰਾ ਦੇ ਵਿੱਚ ਹਿੰਦੂਆਂ ਦੀ ਚੜ੍ਹਦੀ ਕਲਾ ਜਾਹੋ ਜਲਾਲ ਮੰਦਰਾਂ ਦਾ ਸੋਨੇ ਦੀਆਂ ਮੂਰਤੀਆਂ ਵਿੱਚ ਕੰਧਾਂ ਦੇ ਉੱਤੇ ਸੁਨਹਿਰੀ ਕੰਮ ਕੀਤਾ ਰਾਜਿਆਂ ਮਹਾਰਾਜਿਆਂ ਨੇ ਆਲੀਸ਼ਾਨ ਮੰਦਰ ਬਣਾਏ ਹੋਏ ਉਹ ਸਾਰੇ ਵੇਖ ਕੇ ਔਰੰਗੇ ਕੋਲੋਂ ਨਹੀਂ ਜਰਿਆ ਗਿਆ ਹਾਂਜੀ ਮੋਖੇ ਮਨੋਖੇ ਹਕਾਰਤ ਭਯੋ ਉਹਨੇ ਸਾਰੇ ਡੇਰਿਆਂ ਚ ਜਿੰਨੇ ਵੀ ਉੱਥੇ ਸਾਧ ਸੰਗਤ ਜੀ ਮੰਦਿਰ ਨੇ ਨਾ ਉਹਨਾਂ ਮੰਦਿਰਾਂ ਚ ਕਈ ਤਾਂ ਹੈ ਨੇ ਸਾਧੂ ਸੰਤਾਂ ਦੇ ਪ੍ਰਬੰਧ ਵਿੱਚ ਕਈ ਕਮੇਟੀਆਂ ਨੇ ਕਈ ਤਰ੍ਹਾਂ ਦਾ ਸਿਸਟਮ ਹੈ ਉੱਥੇ ਵੀ ਉਹ ਸਾਰੇ ਮੁਖੀ ਮੁਖੀ ਬੰਦੇ ਧਰਮ ਦੇ ਜਿਹੜੇ Hindu ਧਰਮ ਦੇ ਮੁਖੀ ਸਨ महंत ਸਨ ਉਹ ਸਾਰੇ ਬੁਲਾ ਲਏ ਵਿਪਰ ਬਿਰਾਗੀ ਜਬ ਚਲ ਆਏ ਪੰਡਤਾਂ ਨੂੰ ਬੁਲਾਇਆ ਤੇ ਬਰਾਗੀ ਸਾਧਾ ਨੂੰ ਬੁਲਾਇਆ ਸੰਨਿਆਸੀਆਂ ਨੂੰ ਬੁਲਾਇਆ ਜਿਹੜੇ ਜਿਹੜੇ ਧਰਮ ਦੇ ਉੱਤੇ ਹਿੰਦੂ ਧਰਮ ਦੇ ਵੱਖਰੇ ਵੱਖਰੇ ਸੰਪਰਦਾਵਾਂ ਦੇ ਕਿਉਂਕਿ ਹਿੰਦੂਆਂ ਦੀਆਂ 500 ਤੋਂ ਵੱਧ ਕੇ ਸੰਪਰਦਾਵਾਂ ਵੱਖਰੀਆਂ ਵੱਖਰੀਆਂ ਕਿਸੇ ਦੀ ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਕੋਈ ਰਾਧਾ ਕ੍ਰਿਸ਼ਨ ਨੂੰ ਮੰਨਦਾ ਕੋਈ ਕ੍ਰਿਸ਼ਨ ਤੇ ਰੁਕਮਣੀ ਨੂੰ ਮੰਨਦਾ ਕੋਈ ਰਾਮਚੰਦਰ ਜੀ ਨੂੰ ਮੰਨਦਾ ਕੋਈ ਹੋਰ ਸ਼ਿਵ ਜੀ ਦਾ ਉਪਾਸ਼ਕ ਹੈ ਕੋਈ ਗਣੇਸ਼ ਦਾ ਹੈ ਸਾਰੇ ਮੰਦਰਾਂ ਦੇ ਪੁਜਾਰੀ ਸੱਦ ਲੈ ਸਭਨੇ ਸਾਥ ਬਚ ਦੁਖਦ ਅਲਾਏ ਤੇ ਬੜੇ ਦੁਖਦਾਈ ਬਚਨ ਔਰੰਗਾ ਇਸ ਤਰ੍ਹਾਂ ਸੰਤਾਂ ਨੂੰ ਕਹਿਣ ਲੱਗਾ ਕੀ ਤੁਮ ਦੰਬ ਕਮਾਵਨ ਕੀਨਸ ਸਾਰੇ ਮਹਾਤਮਾ ਸੰਤ ਜਾਂ ਫਕੀਰ ਜਾਂ ਜਿਹੜੇ ਵੀ ਸੰਪੰਦਤ ਬ੍ਰਾਹਮਣ ਆਏ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੀ ਪਖੰਡ ਫੜਿਆ ਹੋਇਆ ਆ ਤੁਸੀਂ ਪੱਥਰਾਂ ਨੂੰ ਪੂਜੀ ਜਾਂਦੇ ਹੋ ਮਗ ਖੁਦਾਏ ਮਿਲ ਬੋ ਨਹ ਚੀਨਸ ਤੁਹਾਨੂੰ ਅੱਲਾ ਦਾ ਖੁਦਾ ਦਾ ਮਿਲਣ ਦਾ ਰਸਤਾ ਨਹੀਂ ਮਿਲ ਸਕਿਆ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਵੀ ਖੁਦਾ ਨੂੰ ਕਿਵੇਂ ਮਿਲਣਾ ਹੈ ਉਹ ਤੇ ਤੁਹਾਨੂੰ ਪਤਾ ਹੀ ਨਹੀਂ ਤੇ ਤੁਸੀਂ ਮੂਰਤੀਆਂ ਪੂਜੀ ਜਾਂਦੇ ਹੋ ਬੁੱਤ ਪੂਜਤ ਅਪਰਾਧ ਮਹਾਨਾ ਆ ਜਿਹੜਾ ਤੁਸੀਂ ਪੱਥਰ ਪੂਜਦੇ ਹੋ ਇਹਦਾ ਬੜਾ ਅਪਰਾਧ ਹੈ ਕਿਉਂਕਿ ਜਿਹੜੇ ਬੰਦੇ ਨੇ ਜਿਹੜੀ ਕਿਤਾਬ ਪੜ੍ਹੀ ਹੋਵੇ ਨਾ ਉਹਦਾ ਹੀ ਗਿਆਨ ਹੁੰਦਾ ਦੂਜਾ ਨਹੀਂ ਹੁੰਦਾ ਖੁਸਰੀ ਵਾਹਿਗੁਰੂ ਸਿਆਣਾ ਬੰਦਾ ਉਹ ਹੁੰਦਾ ਜਿਹੜਾ ਆਪਣੇ ਪੱਖ ਨੂੰ ਵੀ ਜਾਣਦਾ ਦੂਹੇ ਦੇ ਪੱਖ ਨੂੰ ਵੀ ਜਾਣਦਾ ਉਹ ਬੰਦਾ ਬੈਲੈਂਸ ਕਰ ਸਕਦਾ ਇਸੇ ਕਰਕੇ ਮਹਾਰਾਜ ਨੇ ਤੁਰਕੂ ਕਾਣਾ ਲਿਖਿਆ ਨਾ ਕਿਉਂਕਿ ਉਹ ਬੰਦਾ Hindu ਅੰਨਾ ਉਹ ਅੰਨਾ ਤਾਂ ਕਿ ਆ ਵੀ ਉਹ ਅਨਭਗਤ ਹੋ ਕੇ ਪੱਥਰਾਂ ਨੂੰ ਹੀ ਪੂਜੀ ਜਾਂਦਾ ਵੈਸੇ ਜਿਹੜੇ ਪੱਥਰ ਪੂਜਾ ਸ਼ੁਰੂ ਹੋਈ ਹੈ ਇਹ ਬਹੁਤ ਬਾਅਦ ਚ ਸ਼ੁਰੂ ਹੋਈ ਹੈ ਜਿਹੜੇ ਵੇਦ ਹਨ ਨਾ ਵੇਦਾਂ 'ਚ ਮੂਰਤੀ ਪੂਜਾ ਦਾ ਕੋਈ ਜ਼ਿਕਰ ਨਹੀਂ ਹੈ ਉਥੇ ਦਾ ਉਸ ਨਿਰੰਕਾਰ ਦੀ ਜੋਤ ਦੀ ਪੂਜਾ ਉਸ ਨਾਲ ਜੁੜਨ ਦੇ ਤਰੀਕੇ ਦੱਸੇ ਸਨ ਬਾਅਦ ਵਿੱਚ ਜਦੋਂ ਜੈਨ ਧਰਮ ਨੇ ਲੋਕਾਂ ਨੂੰ ਨਾਸਤਿਕ ਬਣਾਤਾ ਵੇਦਾਂ ਦੇ ਉਲਟ ਕਰਤਾ ਤਾਂ ਫਿਰ ਜੈਨੀਆਂ ਦੇ মত ਦਾ ਖੰਡਨ ਕਰਨ ਲਈ ਆਦੀ ਗੁਰੂ ਸ਼ੰਕਰਾਚਾਰਿਆ ਜੀ ਨੇ ਤੇ ਹੋਰ ਵਿਦਵਾਨਾਂ ਨੇ ਲੋਕਾਂ ਨੂੰ ਦੁਬਾਰਾ ਜਦੋਂ ਧਰਮ ਦੀ ਵਿਆਖਿਆ ਸੁਣਾਈ ਹੁਣ ਲੋਕਾਂ ਨੂੰ ਸਮਝ ਨਹੀਂ ਆਉਂਦੀ ਗਣੇਸ਼ ਕੀ ਹੈ ਅਸਲ ਵਿੱਚ ਤਾਂ ਗਣੇਸ਼ ਇੱਕ ਮੈਥਡ ਹੈ ਅੱਠ ਗਣਾਂ ਦਾ ਜਿਹੜਾ ਸਮੂਹ ਹੈ ਉਹਦਾ ਜਿਹੜਾ ਸੁਆਮੀ ਹੈ ਉਹਨੂੰ ਗਣੇਸ਼ ਕਹਿੰਦੇ ਆ ਇੱਕ ਮੈਥ ਹੈ ਪਰ ਉਹਨਾਂ ਨੇ ਜਦੋਂ ਦੱਸਿਆ ਵੀ ਗਣੇਸ਼ ਤੇ ਲੋਕੀਂ ਬੁੱਧੀ ਮੋਟੀ ਨਹੀਂ ਸਮਝ ਆਈ ਉਹਨਾਂ ਨੇ ਮੂਰਤੀਆਂ ਬਣਾਤੀਆਂ ਸਾਰਿਆਂ ਦੀ ਐਦਾਂ ਦਾ ਮੰਨ ਲਓ ਵੀ ਤੁਸੀਂ ਧਿਆਨ ਲਾਓਗੇ ਤਾਂ ਸ਼ਾਇਦ ਤੁਸੀਂ ਅੱਗੇ ਚਲੇ ਜਾਓਗੇ ਪਰ ਧਿਆਨ ਕਿਸੇ ਦਾ ਹੀ ਅੱਗੇ ਗਿਆ ਬਾਕੀ ਤੇ ਸਾਰੇ ਉਰਾਂ ਹੀ ਖੜ ਗਏ ਆ ਜਿਵੇਂ ਸਾਡੇ ਵਿੱਚ ਵੀ ਅੱਜ ਕਰਕੇ ਨਵਾਂ ਟ੍ਰੈਂਡ ਚੱਲਿਆ ਵੀ ਫਿਲਮਾਂ ਬਣਾਓ ਫਿਲਮਾਂ ਬਣਾਉਣ ਦੀ ਪਤਾ ਕਿਉਂ ਲੋੜ ਪੈ ਰਹੀ ਹੈ ਸਿੱਖਾਂ ਵਿੱਚ ਕਈ ਸਾਬਜਾਦਿਆਂ ਦੀ ਫਿਲਮ ਬਣਾਓ ਜਾਂ ਕੋਈ ਹੋਰ ਫਿਲਮ ਬਣਾਓ ਚੱਲ ਰਿਹਾ ਨਾ ਕਿਉਂ ਲੋੜ ਪੈ ਰਹੀ ਹੈ ਕਿਉਂਕਿ ਸਾਡੇ ਬੱਚੇ ਹੁਣ ਕਥਾ ਨਹੀਂ ਸੁਣਦੇ ਸਾਡੇ ਬੱਚੇ ਹੁਣ ਗੁਰੂ ਮਹਾਰਾਜ ਦੀ ਬਾਣੀ ਗੁਰੂ ਸਾਹਿਬ ਦੇ ਗ੍ਰੰਥ ਨਹੀਂ ਪੜ੍ਹਦੇ ਤੇ ਪ੍ਰਚਾਰਕਾਂ ਨੂੰ ਖਤਰਾ ਪੈ ਗਿਆ ਵੀ ਹੁਣ ਆਪਣੀ ਗੱਲ ਲੋਕਾਂ ਨੂੰ ਕਿਵੇਂ ਦਸੀਏ ਤੇ ਸ਼ਨਾਸਤਕ ਹੋ ਜਾਣਗੇ ਉਹ ਕਹਿੰਦੇ ਫਿਲਮਾਂ ਬਣਾਓ ਇਦਾਂ ਦਾ ਉਸ ਵੇਲੇ ਫਿਲਮਾਂ ਪੱਥਰਾਂ ਨਹੀਂ ਬਣੀਆਂ ਸੀਗੀਆਂ ਮੂਰਤੀਆਂ ਬਣਾਈਆਂ ਇਹਨਾਂ ਦੀ ਪੂਜਾ ਕਰੋ ਧਿਆਨ ਲਾਓ ਉਹ ਕਰਦੇ 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 ਫਿਰ ਪੱਥਰਾਂ ਦੇ ਖੜ ਗਏ ਅੱਗੇ ਨਹੀਂ ਗਏ ਇਸ ਕਰਕੇ ਮਹਾਰਾਜ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ ਤੁਰਕੂ ਕਾਣਾ ਤਾਂ ਕਿਹਾ ਆਪਣੇ ਧਰਮ ਦੀ ਗੱਲ ਦੀ ਬਸ ਰੱਖਣੀ ਦੂਜੇ ਦੀ ਸੁਣਨੀ ਨਹੀਂ ਸਿਆਣਾ ਤਾਂ ਇਹ ਹੈ ਨਾ ਵੀ ਜੇ ਦੋਵਾਂ ਦੀ ਗੱਲ ਸੁਣੇ ਵਿਚਾਰ ਕਰੇ ਉਹ ਤਾਂ ਤਤ ਕੱਢੇ ਵਿਚਾਰ ਕਰਕੇ ਵੀ ਆਹ ਗੱਲ ਗਲਤ ਆ ਆਹ ਠੀਕ ਹੈ ਉਹ ਨਹੀਂ ਸਮਰੱਥਾ ਨਹੀਂ ਉਹਨੇ ਆਪਣੀ ਗੱਲ ਸਹੀ ਮੰਨੀ ਜਾਣੀ ਭਾਵੇਂ ਕੁਰਾਨ ਦੇ ਵਿੱਚ ਖੁਦਾ ਨੂੰ ਲਾ ਸ਼ਰੀਕ ਕਿਹਾ ਪਰ ਉਹ ਜਿਹੜਾ ਜਿੱਦਾਂ ਉਹਨਾਂ ਨੇ ਕਿਹਾ ਉਦਾਂ ਇਹਨਾਂ ਨੇ ਸਮਝਿਆ ਨਹੀਂ ਤੇ ਕਹਿੰਦੇ ਉੱਤੇ ਸਤਵੇਂ ਸਮਾਨ ਤੇ ਰਹਿੰਦਾ ਕਿਤੇ ਖੁਦਾ ਪਰ ਜਿਹੜਾ ਖੁਦਾ ਲਾ ਸ਼ਰੀਕ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਹਾ ਪਰ ਉਹ ਗੁਰੂ ਗ੍ਰੰਥ ਸਾਹਿਬ 'ਚ ਏਦਾਂ ਵੀ ਆਹ ਸਾਹਮਣੇ ਬੈਠਾ ਦਿਸਦਾ ਪਿਆ ਜਦ ਦੇਖਾਂ ਤਬ ਗਾਵਾਂ ਉਹਨਾਂ ਨੇ ਦੇਖ ਕੇ ਗਾਇਆ ਉਹ ਮੰਨੀ ਜਾਂਦੇ ਵੀ ਉੱਤੇ ਰਹਿੰਦਾ ਕਿਤੇ ਸੋ Hindu ਧਰਮ ਦੀ ਅੱਧੀ ਗੱਲ ਵੇਖੀ ਸੀਗੀ ਔਰੰਗਜ਼ੇਬ ਨੇ ਅੰਦਰੂਨੀ ਗੱਲ ਦਾ ਪਤਾ ਨਹੀਂ ਸੀ ਕਹਿਣ ਲੱਗਾ ਤੁਸੀਂ ਕੀ ਪਖੰਡ ਫੜਿਆ ਹੋਇਆ ਤੁਸੀਂ ਪੱਥਰਾਂ ਨੂੰ ਪੂਜਦੇ ਹੋ ਤੋ ਤਮ ਨਿਸਦਨ ਕਰੋ ਅਜਾਨਾ ਅਨਜਾਨ ਪੁਣੇ ਜ ਤੁਸੀਂ ਪੱਥਰਾਂ ਦੀ ਪੂਜਾ ਕਰ ਰਹੇ ਹੋ ਪਾਥਰ ਮਹ ਖੁਦਾਏ ਕੋ ਮਾਨ ਤੁਸੀਂ ਅੱਲਾ ਨੂੰ ਖੁਦਾ ਨੂੰ ਪੱਥਰਾਂ ਚ ਮੰਨੀ ਬੈਠੇ ਹੋ ਲੋਕਨ ਠਗ ਹੋ ਦੇਹ ਤਨ ਆਨ ਲੋਕਾਂ ਨੂੰ ਠਗੀਆਂ ਮਾਰਦੇ ਹੋ ਤੁਹਾਨੂੰ ਲੋਕ ਪੂਜਾ ਚੜਾਈ ਜਾਂਦੇ ਐ ਪੰਡਤੋਂ ਤੁਸੀਂ ਖਾਈ ਜਾਂਦੇ ਹੋ ਬੁੱਤ ਪੂਜਨ ਕੋ ਦੇਹ ਹਟਾਏ ਮੇਰਾ ਹੁਕਮ ਹੈ ਆ ਬੁੱਤ ਪੂਜਾ ਬੰਦ ਕਰ ਦਿਓ ਆ ਜਿਹੜੀ ਮੂਰਤੀਆਂ ਦੀ ਪੂਜਾ ਕਰ ਰਹੇ ਬੰਦ ਕਰ ਦਿਓ ਤੁਸੀਂ ਮਹ ਦੋਜਕ ਮਹ ਮਿਲ ਹ ਸਜਾਏ ਤੇ ਇਹਦੇ ਜੇ ਤੁਸੀਂ ਮੂਰਤੀ ਪੂਜਾ ਬੰਦ ਕਰ ਦਿਓਗੇ ਤਾਂ ਨਰਕਾਂ ਚ ਨਹੀਂ ਜਾਓਗੇ ਦੋਜਕ ਵਿੱਚ ਸਜ਼ਾ ਨਹੀਂ ਮਿਲੇਗੀ ਤੁਹਾਨੂੰ ਜੇ ਤੁਸੀਂ ਮੂਰਤੀ ਦੀ ਪੂਜਾ ਕਰੋਗੇ ਫਿਰ ਨਰਕਾਂ ਚ ਜਾਓਗੇ ਤੁਹਾਨੂੰ ਉੱਥੇ ਸਜ਼ਾ ਮਿਲੇਗੀ ਕਲਮਾ ਪਠੋ ਦੀਨ ਮਹ ਆਵਹ ਐਦਾਂ ਕਰੋ ਦੀਨ ਇਸਲਾਮ ਚ ਆ ਜਾਓ ਮੁਸਲਮਾਨ ਬਣ ਜਾਓ ਤੇ ਕਲਮਾ ਪੜ੍ਹ ਲਓ ਚਲਨ ਸ਼ਰਾ ਮਹ ਰੁਚ ਉਪਜਾਵਹ ਤੇ ਸ਼ਰਾ ਵਿੱਚ ਚਲੋ ਖੁਸ਼ੀ ਦੇ ਨਾਲ ਦੀਨ ਇਸਲਾਮ ਦੀ ਜੋ ਸ਼ਰਾ ਹੈ ਪੰਜ ਟਾਈਮ ਨਮਾਜ਼ ਪੜੋ ਰੋਜ਼ੇ ਰੱਖੋ ਮਸਜਿਦ ਵਿੱਚ ਜਾਓ ਤੇ ਕੁਰਾਨ ਦਾ ਕੁਰਾਨ ਦੀ ਤਲਾਵਤ ਕਰੋ ਪਾਠ ਕਰੋ ਕੁਰਾਨ ਦਾ ਇਹ ਕੋਈ ਧਰਮ ਗ੍ਰੰਥ ਰਹਿ ਗਿਆ ਕੁਰਾਨ ਬਾਕੀ ਕੋਈ ਗ੍ਰੰਥ ਨਹੀਂ ਪੜ੍ਹਨਾ ਉੰਦੀ ਪਸਤ ਬੇਕਰ ਬਹੁਤ ਜਨ ਕਹ ਰਾਹੂ ਸਵਰਗ ਵਿੱਚ ਜਾਣ ਦਾ ਇਹੀ ਰਸਤਾ ਕਹਿੰਦੇ ਪਸਤਾਂ ਵਿੱਚ ਬਹਿਸ ਦੇ ਵਿੱਚ ਜਾਣਾ ਨਾ ਅੱਲਾਹ ਕੋਲ ਜਾਣਾ ਤਾਂ ਫਿਰ ਤੁਹਾਨੂੰ ਇਸਲਾਮ ਕਬੂਲ ਕਰਨੀ ਪਵੇਗੀ ਅਨਤ ਭਰਮਤ ਦੋ ਜਕ ਮਹ ਜਾਹੂ ਬਾਕੀ ਸਾਰੇ ਨਰਕਾਂ ਜਾਣਗੇ ਹੁਣ ਇਹਨਾਂ ਨੂੰ ਪੁੱਛੋ ਕੋਈ ਸਿਆਣਾ ਬੰਦਾ ਰੰਗਜੀਵ ਨੂੰ ਪੁੱਛੇ ਵੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਮੁਸਲਮਾਨ ਹੀ ਅੱਲਾਹ ਕੋਲ ਜਾਣਗੇ ਸਿਆ ਜਾਣਗੇ ਕਿ ਸੁਨੀ ਜਾਣਗੇ ਸੁੰਨੀ ਨੂੰ ਪੁੱਛੋ ਤੇ ਉਹ ਕਹਣਗੇ ਸਿਰਫ ਸੁੰਨੀ ਜਾਣਗੇ ਸਿਆ ਬਾਰੇ ਕਹਿਣਗੇ ਉਹ ਤਾਂ ਨਰਕਾਂ ਚ ਜਾਣਗੇ ਜੇ ਸਿਆ ਨੂੰ ਪੁੱਛੋ ਉਹ ਕਹੇਗਾ ਵੀ ਸੁੰਨੀ ਨਰਕਾਂ ਨੂੰ ਜਾਣਗੇ ਅਸੀਂ ਸਵਰਗਾਂ ਨੂੰ ਜਾਵਾਂਗੇ ਤੇ ਪਰ ਹੁਣ ਸਾਧ ਸੰਗਤ ਜੀ ਕਿਹੜਾ ਕਵੇ ਪੁੱਛੇ ਕਿਹੜਾ ਰੱਖ ਜੇਬ ਨੂੰ ਜ਼ਾਲਮ ਬਾਦਸ਼ਾਹ ਸੀ ਕਹਿੰਦਾ ਤੁਸੀਂ ਹਿੰਦੂ ਲੋਕ ਜਿਹੜੇ ਪੱਥਰਾਂ ਦੀ ਪੂਜਾ ਕਰ ਰਹੇ ਹੋ ਤੁਸੀਂ ਨਰਕਾਂ 'ਚ ਜਾਓਗੇ ਇਤਿਆਦਿਕ ਕਹਿ ਬਹੁਤ ਸਮਝਾਏ ਆਪਣੇ ਵੱਲੋਂ ਸਾਧੂਆਂ ਨੂੰ ਬੈਰਾਗੀਆਂ ਸੰਨਿਆਸੀਆਂ ਨੂੰ ਔਰ ਹਿੰਦੂਆਂ ਦੇ ਪੰਡਤਾਂ ਨੂੰ ਬਹੁਤ ਸਮਝਾਣ ਦੀ ਔਰੰਗਜ਼ੇਬ ਨੇ ਕੋਸ਼ਿਸ਼ ਕੀਤੀ ਸਭਨ ਕਹਿਓ ਹਮਰੋ ਧਰਮ ਜਾਏ ਸਾਰਿਆਂ ਨੇ ਆਖਿਆ ਦੇਖੋ ਬਾਦਸ਼ਾਹ ਸਲਾਮਤ ਧਰਮ ਹਰ ਇੱਕ ਨੂੰ ਆਪਣਾ ਆਪਣਾ ਪਿਆਰਾ ਹੁੰਦਾ ਧਰਮ ਕਿਸੇ ਦਾ ਵੀ ਬਦਲਿਆ ਨਹੀਂ ਜਾ ਸਕਦਾ ਸਾਡਾ ਧਰਮ ਸਾਨੂੰ ਚੰਗਾ ਲੱਗਦਾ ਸਾਡੀ ਆਸਥਾ ਸਾਡੀ ਸ਼ਰਧਾ ਸਾਡਾ ਵਿਸ਼ਵਾਸ ਇਸੇ ਤਰ੍ਹਾਂ ਚੱਲਿਆ ਆ ਰਿਹਾ ਔਰ ਅੱਜ ਦਾ ਨਹੀਂ ਚੱਲਿਆ ਰਿਹਾ ਹਜ਼ਾਰਾਂ ਸਾਲ ਤੋਂ ਅਸੀਂ ਇਹਨਾਂ ਮੂਰਤੀਆਂ ਦੀ ਪੂਜਾ ਕਰ ਰਹੇ ਹਾਂ ਅਸੀਂ ਵੇਦਾਂ ਸ਼ਾਸਤਰਾਂ ਦਾ ਪਾਠ ਕਰਦੇ ਹਾਂ ਭਗਵਾਨ ਕ੍ਰਿਸ਼ਨ ਜੀ ਰਾਮਚੰਦਰ ਜੀ ਹੋਰ ਮਹਾਂਪੁਰਸ਼ਾਂ ਨੂੰ ਆਪਣਾ ਪੈਗੰਬਰ ਆਗੂ ਮੰਨਦੇ ਹਾਂ ਇਸ ਕਰਕੇ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਜੇ ਅੱਗੇ ਪੇ ਵੱਡੇ-ਵਡੇਰੇ ਜਿਹੜੇ ਸਾਡੇ ਤੋਂ ਪਹਿਲਾਂ ਵੱਡੇ-ਵਡੇਰੇ ਹੋ ਚੁੱਕੇ ਨੇ ਬਜ਼ੁਰਗ ਹਜ਼ਾਰਾਂ ਸਾਲਾਂ ਤੋਂ ਤិន ਹੈ ਬਤਾਇਓ ਮਗ ਜਨਹੇਰੇ ਉਹਨਾਂ ਨੇ ਅੱਲਾਹ ਨੂੰ ਖੁਦਾ ਨੂੰ ਜਿਵੇਂ ਦੇਖਿਆ ਸਾਨੂੰ ਉਵੇਂ ਦੱਸਿਆ ਤੁਸੀਂ ਕਿਸੇ ਹੋਰ ਤਰ੍ਹਾਂ ਦੇਖਿਆ ਅਸੀਂ ਕਿਸੇ ਹੋਰ ਤਰ੍ਹਾਂ ਦੇਖਿਆ ਤੁਹਾਡੇ ਪੈਗੰਬਰਾਂ ਨੇ ਹੋਰ ਤਰ੍ਹਾਂ ਦੇਖਿਆ ਹੋਵੇਗਾ ਪਰ ਸਾਡੇ ઋਸ਼ੀਆ ਮੁਨੀਆਂ ਨੇ ਜਿਵੇਂ ਦੱਸਿਆ ਅਸੀਂ ਤਾਂ ਉਦਾਂ ਹੀ ਮੰਨਣਾ ਹੈ ਨਾ ਕਿਉਂਕਿ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਕਿਸੇ ਹੋਰ ਦੇ ਬਜ਼ੁਰਗ ਦੀ ਗੱਲ ਕਿਵੇਂ ਮੰਨ ਲਈਏ ਅਸੀਂ ਆਪਣੇ ਮਹਾਪੁਰਸ਼ਾਂ ਨੂੰ ਜੋ ਵੀ ਉਹ ਕਹਿ ਗਏ ਨੇ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਜੋ ਲਿਖਿਆ ਹੈ ਜਾਂ ਰਿਸ਼ੀਆ ਮੂਨੀਆਂ ਨੇ ਵੇਦਾਂ ਉਪਨਿਸ਼ਦਾਂ ਵਿੱਚ ਲਿਖਿਆ ਹੈ ਅਸੀਂ ਉਸੇ ਦੀ ਫਿਲਾਸਫੀ ਨੂੰ ਉਸੇ ਦਰਸ਼ਨ ਨੂੰ ਮੰਨਦੇ ਹਾਂ ਤੁਮਰੋ ਹਮਰੋ ਦੀਰਗ ਅੰਤਰ ਬਾਦਸ਼ਾਹ ਸਲਾਮਤ ਤੁਹਾਡਾ ਸਾਡਾ ਬੜਾ ਫਰਕ ਹੈ ਤੁਹਾਡਾ ਧਰਮ ਹੋਰ ਹੈ ਤੁਹਾਡੇ ਤੌਰ ਤਰੀਕੇ ਰਹਿਣ ਸਹਿਣ ਦੇ ਸੋਚਣ ਦੇ ਢੰਗ ਵੱਖਰੇ ਸਾਡੇ ਸੋਚਣ ਦੇ ਢੰਗ ਵੱਖਰੇ ਸਾਡੀ ਪੂਜਾ ਪદ્ધਤੀ ਵੱਖਰੀ ਤੁਹਾਡੀ ਪੂਜਾ ਪદ્ધਤੀ ਵੱਖਰੀ ਸਾਡਾ ਖਾਣ ਪੀਣ ਵੱਖਰਾ ਤੁਹਾਡਾ ਖਾਣ ਪੀਣ ਵੱਖਰਾ ਹਾਂਜੀ ਨਿਜ ਨਿਜ ਮਤਮਹਿ ਚੱਲੇ ਨਿਰੰਤਰ ਆਪਣੇ ਆਪਣੇ ਧਰਮ ਵਿੱਚ ਚੱਲੀ ਚੱਲੋ ਤੁਸੀਂ ਆਪਣੇ ਢੰਗ ਨਾਲ ਪੂਜਾ ਕਰੋ ਅਸੀਂ ਤੁਹਾਨੂੰ ਰੋਕਦੇ ਤਾਂ ਨਹੀਂ ਅਸੀਂ ਕਦੀ ਕਿਸੇ ਮੁਸਲਮਾਨ ਨੂੰ ਨਹੀਂ ਕਹਿੰਦੇ ਵੀ ਤੂੰ ਮੰਦਿਰ ਚ ਆ ਕੇ ਪੂਜਾ ਕਰ ਤੂੰ ਮਸਜਿਦ ਚ ਨਾ ਜਾ ਪਰ ਤੁਸੀਂ ਵੀ ਸਾਨੂੰ ਨਾ ਆਖੋ ਸਾਨੂੰ ਆਪਣੇ ਢੰਗ ਨਾਲ ਕਰਨ ਦਿਓ ਤੁਸੀਂ ਆਪਣੇ ਢੰਗ ਨਾਲ ਕਰੀ ਚੱਲੋ ਕਿਉਂ ਕਰ ਧਰਮ ਆਪਣੋ ਛੋਰਾ ਏ ਬਾਦਸ਼ਾ ਆਪਣਾ ਧਰਮ ਸਾਨੂੰ ਪਿਆਰਾ ਹੈ ਤੁਹਾਨੂੰ ਤੁਹਾਨੂੰ ਤੁਹਾਡਾ ਪਿਆਰਾ ਹੈ ਆਪਣਾ ਧਰਮ ਨਹੀਂ ਛੱਡ ਸਕਦੇ ਅਸੀਂ ਨਰਕ ਪਰਣ ਕਹ ਕਿਉ ਕਰ ਲੋਰਾ ਕਿਉਂਕਿ ਸਾਨੂੰ ਇਦਾਂ ਪਤਾ ਹੈ ਵੀ ਜੇ ਅਸੀਂ ਆਪਣਾ ਧਰਮ ਛੱਡਦੇ ਹੀ ਇਹ ਅਸੀਂ ਨਰਕਾਂ ਚ ਪਾਵਾਂਗੇ ਅਸੀਂ ਦੁਖੀ ਹੋਵਾਂਗੇ ਆਪਣਾ ਧਰਮ ਸਵਰਗਾਂ ਨੂੰ ਲੈਂਦਾ ਲਿਜਾਂਦਾ ਦੂਜਾ ਨਹੀਂ ਜਿਹਦਾ ਵੀ ਜੋ ਧਰਮ ਹੈ ਜਿਹਦਾ ਵੀ ਜਿਹੜੇ ਜਿਵੇਂ ਸਾਧ ਸੰਗਤ ਜੀ ਸਿਆਣੇ ਕਹਿੰਦੇ ਆ ਵੀ 100 ਕਿਸਤੀਆਂ ਖੜੀਆਂ ਨਦੀ ਦੇ ਕਿਨਾਰੇ ਤੇ ਜਿਹੜੀ ਕਿਸਤੀ 'ਚ ਤੁਸੀਂ ਬੈਠੋਗੇ ਤੁਹਾਨੂੰ ਤਾਂ ਉਹ ਪਾਰ ਲੰਘਾਏਗੀ ਪਾ ਮੀਓ ਸੋ ਨੇ ਦਿ ਹੋਵੇ ਭਾਵੇਂ ਲੱਕੜ ਦੀ ਹੋਵੇ ਭਾਵੇਂ ਕਿਸੇ ਤਰ੍ਹਾਂ ਦੀ ਹੋਵੇ ਬੇੜੀ ਤੁਹਾਨੂੰ ਉਹ ਪਾਰ ਲੰਘਾਏਗੀ ਜੇ ਤੇ ਤੁਸੀਂ ਬੈਠੇ ਦੂਜੀ ਬੇੜੀ ਨਾਲ ਤੁਹਾਨੂੰ ਕੀ ਭਾ ਸੋ ਅਸੀਂ ਬੈਠਿਆ ਹਿੰਦੂ ਧਰਮ ਦੀ ਬੇੜੀ ਵਿੱਚ ਤੁਸੀਂ ਬੈਠਿਓ ਇਸਲਾਮ ਦੀ ਬੇੜੀ ਵਿੱਚ ਹੋ ਸਕਦਾ ਤੁਹਾਨੂੰ ਇਸਲਾਮ ਪਾਰ ਲੰਘਾਏ ਪਰ ਸਾਡਾ ਵਿਸ਼ਵਾਸ ਹੈ ਵੀ ਸਾਨੂੰ ਤਾਂ ਸਾਡੇ ਜਿਹੜੇ ਰਿਸ਼ੀਆ ਮੂਨੀਆਂ ਨੇ ਰਾਹ ਦੱਸੇ ਨੇ ਜੋ ਪੂਜਾ ਪੱਧਤੀ ਸਾਨੂੰ ਦੱਸੀ ਹੈ ਉਹਦੇ ਤੇ ਚੱਲ ਕੇ ਸਾਡਾ ਭਲਾ ਹੋਣਾ ਤੇਨ ਕਾਤ ਲੋ ਕਰਹ ਧਰਮ ਤੁਸੀਂ ਤੇ ਗਊ ਮਾਰ ਕੇ ਖਾ ਲੈਂਦੇ ਹੋ ਇਸ ਤੋਂ ਵੱਧ ਕੇ ਕੀ ਪਾਪ ਹੋ ਸਕਦਾ ਵੀ ਤੁਸੀਂ ਗਊ ਮਾਰਨ ਲੱਗਿਆਂ ਪਾਪ ਸਮਝਦੇ ਹੀ ਨਹੀਂ ਤੁਸੀਂ ਤੇ ਗਊ ਨੂੰ ਪੁੰਨ ਸਮਝਦੇ ਹੋ ਮਾਰਨਾ ਅਸੀਂ ਗਊ ਨੂੰ ਮਾਰਨਾ ਪਾਪ ਸਮਝਦੇ ਹਾਂ ਕਿੱਡਾ ਫਰਕ ਹੈ ਤੁਹਾਡਾ ਸਾਡਾ ਜਿਸ ਨੂੰ ਅਸੀਂ ਆਪਣਾ ਇਸ਼ਟ ਮੰਨਦੇ ਆਂ ਜਿਸ ਗਊ ਨੂੰ ਅਸੀਂ ਦੁੱਧ ਦਾ ਦੁੱਧ ਦੇਣ ਵਾਲੀ ਸਮਝ ਕੇ ਪੂਜਾ ਕਰਦੇ ਆਂ ਜ਼ਿੰਦਗੀ ਦਾ ਇੱਕ ਆਧਾਰ ਥੰਮ ਮੰਨਦੇ ਆਂ ਉਸ ਗਊ ਨੂੰ ਤੁਸੀਂ ਲੰਮੀਆਂ ਪਾ ਕੇ ਉਹਦੇ ਗਰਦਨ ਤੇ ਛੁਰੀ ਚਲਾਉਂਦੇ ਆਂ ਕੋਈ ਧੇਰ ਨਹੀਂ ਲਾਂਦੇ ਮਿੰਟ ਲਾਂਦੇ ਮਾਰ ਕੇ ਖਾ ਲੈਂਦੇ ਹੋ ਹਾਂਜੀ ਜਾਂ ਤੇ ਸੁਖ ਚਹ ਪਰਮੇ ਪਰਮ ਇਸ ਕਰਕੇ ਅਸੀਂ ਤੁਹਾਡੇ ਧਰਮ ਚ ਆਉਂਦਿਆਂ ਸੰਕੋਚ ਕਰਦੇ ਆਂ ਸਾਨੂੰ ਤਾਂ ਤੁਹਾਡੇ ਘਰ ਪਾਣੀ ਵੀ ਪੀਣਾ ਔਖਾ ਲੱਗਦਾ ਕਿਉਂ ਜਿਹੜੇ ਘਰ ਚ ਗਾਊ ਦਾ ਮਾਸ ਬਣਦਾ ਹੈ ਉੱਥੇ ਅਸੀਂ ਪਾਣੀ ਕਿਵੇਂ ਪੀਵੀਏ ਸਾਡੇ ਕੋਲੋਂ ਨਹੀਂ ਪਾਣੀ ਪੀਤਾ ਜਾਂਦਾ ਤੁਹਾਡੇ ਹੱਥ ਦਾ ਰੋਟੀ ਵੀ ਨਹੀਂ ਖਾ ਸਕਦੇ ਤੁਹਾਡੇ ਘਰ ਅਸੀਂ ਇਸ ਕਰਕੇ ਸਾਡਾ ਸੰਕੋਚ ਹੈ ਤੁਹਾਡੇ ਨਾਲ ਵੀ ਤੁਸੀਂ ਲੋਕ ਗਾਊ ਮਾਸ ਖਾਂਦੇ ਹੋ ਤੇ ਅਸੀਂ ਗਾਊ ਦਾ ਬੜਾ ਵੱਡਾ ਗੁਨਾਹ ਸਮਝਦੇ ਹਾਂ ਮਾਰਨਾ ਖਾਨ ਪਾਣ ਮਹਿ ਸੋਚ ਰਹੀਨੇ ਤੇ ਖਾਨ ਪਾਣ ਵਿੱਚ ਤੁਸੀਂ ਸੋਚ ਤੋਂ ਰਹਿ ਤੋ ਪਵਿੱਤਰਤਾ ਤੋਂ ਤੁਸੀਂ ਚਾਰ ਜਣੇ ਇੱਕੋ ਥਾਲੀ ਚ ਖਾ ਲੈਂਦੇ ਹੋ ਆਮਣੇ ਸਾਹਮਣੇ ਬਹਿ ਜਾਂਦੇ ਨੇ ਤੇ ਉਵੇਂ ਖਾ ਆਪਣੇ ਵੀ ਸਾਥ ਸੰਗਤ ਜੀ ਹੁਣ ਸਿੰਘਾਂ ਵਿੱਚ ਵੀ ਬੜੀ ਢਿੱਲ ਆ ਗਈ ਜੇ ਆਪਾਂ ਵੀ ਖੁਰਲੀਆਂ ਤੇ ਖਾਣ ਦੇ ਆਦੀ ਬਣ ਗਏ ਜਦੋਂ ਕਿ ਬਹਿ ਕੇ ਪੰਗਤੀ ਤੇ ਵਿੱਚ ਪ੍ਰਸ਼ਾਦਾ ਛਕੇ ਬੰਦਾ ਆਪਣਾ ਵਰਤਾਰਾ ਮਿਲੇ ਉਤੋਂ ਛਕੇ ਤੇ ਝੂਠੇ ਹੱਥਾਂ ਨਾਲ ਹੀ ਪਾਈ ਜੋ ਉਹਦੇ ਝੂਠੀਆਂ ਨਾਲ ਹੀ ਖਾਈ ਜੋ ਇਹ ਸੁਚਮ ਨਾ ਹੋਣ ਕਰਕੇ ਮਾਰ ਕੇ ਕਹਿੰਦੇ ਸੱਚ ਹੋਵੇ ਤਾਂ ਸੱਚ ਪਾਈ ਹੈ ਸੁਚਮ ਪਹਿਲਾ ਸਟੈਪ ਹੈ ਸੱਚ ਤੱਕ ਜਾਣ ਲਈ ਆਪਣੀ ਸੁਚਮ ਰਹੀ ਕੋਈ ਨਹੀਂ ਜੇ ਸੁਚਮ ਨਹੀਂ ਰਹੀ ਫਿਰ ਸੱਚ ਕਿੱਥੇ ਰਹਿਣਾ ਤੇ ਜਿਨ੍ਹਾਂ ਦੁਕਾਨਾਂ ਤੋਂ ਅਸੀਂ ਲੈ ਕੇ ਖਾਂਦੇ ਆ ਸਾਧ ਸੰਗਤ ਜੀ ਉੱਥੇ ਵੀ ਸੁਚਮ ਕੋਈ ਨਹੀਂ ਹੁੰਦੀ ਇਸ ਕਰਕੇ ਬੁੱਧੀ ਭ੍ਰਿਸ਼ਟ ਹੁੰਦੀ ਜੈਸਾ ਅੰਨ ਵੈਸਾ ਮਨ ਤੋ ਉਹ ਪੰਡਿਤ ਉਹ ਬੈਰਾਗੀ ਉਹ ਸੰਨਿਆਸੀ ਔਰੰਗਜੇਬ ਨੂੰ ਕਹਿ ਰਹੇ ਨੇ ਬਾਦਸ਼ਾਹ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਅਸੀਂ ਤੁਹਾਡੇ ਧਰਮ ਨੂੰ ਮਾੜਾ ਵੀ ਨਹੀਂ ਕਹਿੰਦੇ ਪਰ ਗੱਲ ਫਰਕ ਇਹ ਹੈ ਤੁਸੀਂ ਲੋਕ ਗਾਂ ਮਾਰਦੇ ਹੋਇਆਂ ਗਾਂ ਖਾਂਦੇ ਹੋਇਆਂ ਮਾੜੀ ਦੀ ਝਿਜਕ ਨਹੀਂ ਕਰਦੇ ਬਲਿ ਖੁਸ਼ ਹੁੰਦੇ ਹੋ ਤੇ ਅਸੀਂ ਅਸੀਂ ਜਦੋਂ ਇਹ ਗਊ ਹੱਤਿਆ ਦਾ ਨਾਮ ਵੀ ਲੈਂਦੇ ਆ ਤੇ ਆਪ ਜੂ ਮੂੰਹ 'ਚ ਪਾਣੀ ਪਾ ਕੇ ਕੁਰਲੀ ਕਰਦੇ ਆ ਵੀ ਸਾਡੇ ਤੋਂ ਇਹ ਗੱਲ ਮੂੰਹ ਤੋਂ ਕਹਿਣੀ ਕਿਉਂ ਪਈ ਇੰਨਾ ਅਸੀਂ ਪਾਪ ਸਮਝਦੇ ਆ ਤੁਹਾਡੇ ਘਰ ਪਾਣੀ ਪੀਣਾ ਹੋਵੇ ਸਾਨੂੰ ਲੱਗਦਾ ਵੀ ਅਸੀਂ ਗਊ ਮਾਰਨ ਵਾਲਿਆਂ ਦੇ ਘਰ ਦਾ ਪਾਣੀ ਪੀ ਰਹੇ ਆ ਇਹ ਫਰਕ ਹੈ ਸਾਡਾ ਤੁਹਾਡਾ ਤੁਮਰੇ ਨਰਗ ਗਿਲਾਨ ਕਿਮ ਚੀਨੇ ਤੇ ਤੁਹਾਡੇ ਬੰਦੇ ਜਿਹੜੇ ਨੇ ਉਹ ਇਹ ਚ ਕੋਈ ਗਿਲਾਨੀ ਨਹੀਂ ਕਰਦੇ ਉਹਨਾਂ ਨੂੰ ਕੋਈ ਫਰਕ ਹੀ ਕੋਈ ਨਹੀਂ ਉਹਨਾਂ ਵਾਸਤੇ ਗਾਂ ਹੋਵੇ ਬੱਚਾ ਹੋਵੇ ਕੱਟਾ ਹੋਵੇ ਮੱਝ ਹੋਵੇ ਸਭ ਬਾਰ ਕਰ ਜਾਂਦੇ ਆ ਅਸੀਂ ਗਊ ਹੱਤਿਆ ਨੂੰ ਪਾਪ ਸਮਝਦੇ। ਤੁਹਾਡਾ ਸਾਡਾ ਧਰਮ ਦਾ ਖਾਣ ਪੀਣ ਦਾ ਵੀ ਫਰਕ ਹੈ। ਪਹਿਰਾਵੇ ਦਾ ਵੀ ਫਰਕ ਹੈ। ਬੋਲੀ ਦਾ ਵੀ ਫਰਕ ਹੈ। ਸੋਚਣ ਦਾ ਵੀ ਫਰਕ ਹੈ। ਫਿਲਾਸਫੀ ਦਾ ਵੀ ਫਰਕ ਹੈ। ਹਾਂਜੀ। ਗਮਨ ਪੇਸ਼ਤ ਕੋ ਜਾਣਿਓ ਜੋਏ। ਤੁਸੀਂ ਕਹਿੰਦੇ ਹੋ ਵੀ ਅਸੀਂ ਸਵਰਗਾਂ ਨੂੰ ਜਾਣਾ, ਜੰਨਤ ਨੂੰ ਜਾਣਾ, ਪੇਸ਼ਤ ਨੂੰ ਜਾਣਾ। ਹਾਂਜੀ। ਗਿਰ ਨਰਕ ਬਿਨ ਸੰਸੈ ਸੋਏ। ਪਰ ਬਾਦਸ਼ਾਹ ਤੁਸੀਂ ਜਾਓ ਸਵਰਗਾਂ ਨੂੰ। ਅਸੀਂ ਜੇ ਉਸ ਰਾਹ ਤੇ ਤੁਰਾਂਗੇ ਤੇ ਅਸੀਂ ਨਰਕਾਂ ਨੂੰ ਜਾਵਾਂਗੇ। ਸਾਨੂੰ ਤਾਂ ਅਗਰ ਇੱਥੇ ਹੀ ਨਰਕ ਬਣ ਜਾਏਗਾ ਜਦੋਂ ਅਸੀਂ ਗਾਂ ਦਾ ਮਾਸ ਮੂੰਹ 'ਚ ਪਾਵਾਂਗੇ ਜਾਂ ਗਾਂ ਖਾਣ ਵਾਲੇ ਦੇ ਹੱਥ ਦਾ ਪਾਣੀ ਵੀ ਪੀਵਾਂਗੇ ਸਾਨੂੰ ਇੰਜ ਲੱਗੇਗਾ ਵੀ ਅਸੀਂ ਜਿਉਂਦੇ ਜੀ ਨਰਕ 'ਚ ਪੈ ਗਏ ਹਾਂਜੀ ਰੱਬ ਅਵਤਾਰਨ ਕੀ ਬਹ ਪੂਜਾ ਤੇ ਪ੍ਰਭੂ ਦੇ ਅਵਤਾਰਾਂ ਦੀ ਅਸੀਂ ਪੂਜਾ ਕਰਦੇ ਹਾਂ ਸ੍ਰੀ ਰਾਮਚੰਦਰ ਜੀ ਕ੍ਰਿਸ਼ਨ ਜੀ ਜਿਹੜੇ ਹੋਰ ਮਹਾਂਪੁਰਸ਼ ਹੋਏ ਨੇ ਅਸੀਂ ਉਹਨਾਂ ਨੂੰ ਉਸ ਪਰਮਾਤਮਾ ਦੀ ਜੋਤ ਮੰਨਦੇ ਹਾਂ ਅਸੀਂ ਸਾਡਾ ਵਿਚਾਰ ਇਹ ਹੈ ਵੀ ਉਹਨਾਂ ਵਿੱਚ ਰੱਬ ਦੀ ਪਰਮਾਤਮਾ ਦੀ ਜੋਤ ਆਈ ਕਿਉਂਕਿ ਸਾਨੂੰ ਰੱਬ ਬਾਰੇ ਉਹਨਾਂ ਨੇ ਦੱਸਿਆ। ਉਹ ਰੱਬ ਦੇ ਬਾਰੇ, ਅੱਲਾਹ ਦੇ ਬਾਰੇ, ਖੁਦਾ ਦੇ ਬਾਰੇ ਕੋਈ ਦੱਸੇਗਾ ਤਾਂ ਹੀ ਪਤਾ ਲੱਗੇ ਜਿਵੇਂ ਤੁਹਾਨੂੰ ਮੁਹੰਮਦ ਸਾਹਿਬ ਨੇ ਦੱਸਿਆ। ਤੁਸੀਂ ਮੁਹੰਮਦ ਸਾਹਿਬ ਨੂੰ ਮੰਨਦੇ ਹੋ। ਤੁਸੀਂ ਮੁਹੰਮਦ ਸਾਹਿਬ ਨੂੰ ਕੱਢ ਨਹੀਂ ਸਕਦੇ ਵਿੱਚੋਂ। ਭਾਵੇਂ ਉਹਨੂੰ ਤੁਸੀਂ ਖੁਦਾ ਨਹੀਂ ਮੰਨਦੇ ਪਰ ਖੁਦਾ ਤੋਂ ਬਾਅਦ ਮੁਹੰਮਦ ਨੂੰ ਪੈਗੰਬਰ ਤਾਂ ਮੰਨਦੇ ਹੋ ਨਾ? ਅਸੀਂ ਸ੍ਰੀ ਰਾਮਚੰਦਰ ਜੀ, ਕ੍ਰਿਸ਼ਨ ਜੀ ਹੋਰ ਜਿਹੜੇ ઋષਿ-ਮੁਨੀ ਹੋਏ ਨੇ ਉਹਨਾਂ ਨੂੰ ਆਪਣਾ ਗੁਰੂ ਪੀਰ ਪੈਗੰਬਰ ਮੰਨਦੇ ਆਂ। ਉਹਨਾਂ ਦੀ ਪੂਜਾ ਕਰਦੇ ਆਂ। ਪੂਜਾ ਕਰਨ ਲਈ ਅਸੀਂ ਉਹਨਾਂ ਦੀ ਫੋਟੋ ਜਾਂ ਉਹਨਾਂ ਦੀ ਮੂਰਤੀ ਬਣਾ ਲੈਨੇ ਆਂ ਤੇ ਆਪਣਾ ਧਿਆਨ ਲਾਣ ਵਾਸਤੇ ਵੀ ਸਾਡੀ ਉਹਨਾਂ ਉੱਤੇ ਆਸਥਾ ਬਣੀ ਰਵੇ। ਸਾਡੀ ਉਹਨਾਂ ਮਹਾਂਪੁਰਸ਼ਾਂ ਤੇ ਸ਼ਰਧਾ ਬਣੀ ਰਵੇ। ਅਸੀਂ ਮੂਰਤੀ ਪੂਜਾ ਕਰਦੇ ਆਂ। ਜਿਸਕੇ ਸਾਮਸਮ ਰਤ ਨਜ਼ਰ ਆਉਂਦੇ ਨੇ ਸਾਨੂੰ શ્રી रामचंद्र ਜੀ ਕ੍ਰਿਸ਼ਨ ਜੀ ਸਰਬ ਕਲਾ ਸਮਰਥ ਨਜ਼ਰ ਆਉਂਦੇ ਨੇ ਸਾਨੂੰ ਉਹਨਾਂ ਦੇ ਵਿੱਚ ਉਸ ਭਗਵਾਨ ਦੀ ਜੋਤ ਨਜ਼ਰ ਆਉਂਦੀ ਹੈ ਸਾਡੀ માનਤਾ ਹੈ ਕਿ ਉਹ ਭਗਵਾਨ ਦੇ ਅਵਤਾਰ ਸਨ ਸੋ ਹਮ ਮੂਰਤ ਬਖ ਅਰੋਪ ਉਹਨਾਂ ਮਹਾਂਪੁਰਸ਼ਾਂ ਨੂੰ ਅਸੀਂ ਧਿਆਨ ਵਿੱਚ ਲਿਆਉਣ ਲਈ ਉਹਨਾਂ ਦਾ ਸਿਮਰਨ ਕਰਨ ਲਈ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਝਲਕ ਹੀ ਆ ਜਾਵੇ ਅਸੀਂ ਮੂਰਤੀ ਬਣਾ ਲਈ ਐ ਇਸ ਕਰਕੇ ਆਪਣਾ ਧਿਆਨ ਆਰੋਪਣ ਕਰਕੇ ਅਸੀਂ ਪ੍ਰਾਣ ਪ੍ਰティਸ਼ਟਾ ਕਰਕੇ ਮੰਦਰ ਦੇ ਵਿੱਚ ਜਦੋਂ ਰੱਖਦੇ ਨਾ ਮੂਰਤੀ ਤਾਂ ਉਹ ਪ੍ਰਾਣ ਪ੍ਰティਸ਼ਟਾ ਦੇ ਕੁਝ ਸ਼ਲੋਕ ਵੀ ਪੜਦੇ ਆ ਉਹ ਕਹਿੰਦੇ ਇਸ ਤੋਂ ਪਹਿਲਾਂ ਤਾਂ ਇਹ ਪੱਥਰ ਸੀ ਪਰ ਹੁਣ ਇਹ ਬਣ ਗਿਆ ਭਗਵਾਨ ਅਸੀਂ ਉਹਨੂੰ ਭਗਵਾਨ ਬਣਾ ਕੇ ਬਾਦਸ਼ਾਹ ਸਲਾਮਤ ਪੂਜਦੇ ਹਾਂ ਮਾਨਤ ਸਕਲ ਸਦਾ ਚਤਚਾਪ ਔਰ ਅਸੀਂ ਉਹਨੂੰ ਫਿਰ ਬੜੇ ਚਾਹ ਨਾਲ ਮੰਨਦੇ ਆਂ ਫਿਰ ਸਾਡੀਆਂ ਪੀੜ੍ਹੀਆਂ ਗਾਂਹ ਦੇ ਗਾਉ ਨੂੰ ਮੰਨੀ ਜਾਂਦੀਆਂ ਨੇ ਸਾਡੇ ਇਹ ਨਾ ਮੰਦਰਾਂ ਵਿੱਚ ਕਈ ਕਈ ਹਜ਼ਾਰ ਸਾਲ ਪੁਰਾਣੀਆਂ ਮੂਰਤੀਆਂ ਨੇ ਪਿਓ ਦਾਦੇ ਪੜਦਾਦੇ ਦੇ ਲਗੜ ਦਾਦੇ ਤੋਂ ਪਤਾ ਨਹੀਂ ਕਦੋਂ ਉਹਦੀ ਪੂਜਾ ਹੁੰਦੀ ਆ ਰਹੀ ਹੈ ਹਾਂ ਜੇ ਤੁਮ ਰੋ ਮਤੋਂ ਗਮਨ ਅਦੋਗਤ ਤੇ ਤੁਹਾਡਾ ਧਰਮ ਜਿਹੜਾ ਹੈ ਸਾਡੇ ਲਈ ਨਰਕ ਦਾ ਦਰਵਾਜ਼ਾ ਹੈ ਅਸੀਂ ਜੇ ਤੁਹਾਡੇ ਧਰਮ ਦੇ ਵਿੱਚ ਪ੍ਰਪੇਰ ਪਾਵਾਂਗੇ ਤੁਹਾਡੇ ਧਰਮ ਨੂੰ ਮੰਨਾਂਗੇ ਤੇ ਅਸੀਂ ਸਮਝਾਂਗੇ ਵੀ ਅਸੀਂ ਨਰਕਾਂ ਚ ਚਲੇ ਗਏ ਅਦੋਗਤ ਨੂੰ ਚਲੇ ਗਏ ਕਹ ਹਮ ਰੋ ਸ਼ੁਭ ਸਾਧ ਸੁਦੋਚਿਤ ਤਾਨੂੰ ਆਪਣਾ ਧਰਮ ਬੜਾ ਸੁੱਚਾ ਪਵਿੱਤਰ ਨਿਰਮਲ ਲੱਗਦਾ ਹੈ ਤੁਹਾਡਾ ਧਰਮ ਸਾਨੂੰ ਦੋਸ਼ਪੂਰਨ ਲੱਗਦਾ ਕਿਉਂਕਿ ਤੁਸੀਂ ਸਭ ਤੋਂ ਵੱਡਾ ਦੋਸ਼ ਕਰਦੇ ਹੋ ਜੋ ਗਾਊ ਦਾ ਮਾਸ ਖਾ ਲੈਂਦੇ ਹੋ ਅਬਨੀ ਸਕਲ ਰਾਜ ਤੁਮ ਭਯੋ ਔਰ ਤੁਸੀਂ ਸਾਰੀ ਧਰਤੀ ਦੇ ਰਾਜੇ ਬਣ ਗਏ ਹੁਣ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਹੋ ਤਿਮਰ ਲੰਗ ਆਦਿਕ ਤੇਥਿਓ ਕੁਝ ਸਮੇਂ ਪਹਿਲਾਂ ਤੁਹਾਡੇ ਹੋਰ ਬਾਦਸ਼ਾਹ ਹੋਏ ਨੇ ਤਿਮਰ ਲੰਗ ਵਰਗੇ ਬਲਬਨ ਵਰਗੇ ਤੇ ਮੁਹੰਮਦ ਗੋਰੀ ਵਰਗੇ ਇਹ ਕੁਝ 700 ਸਾਲ ਸਾਸ ਸੰਗਤ ਜੀਨਾਂ ਦਾ ਰਾਜ ਹਿੰਦੁਸਤਾਨ ਤੇਰੇ ਮੁਸਲਮਾਨਾਂ ਦਾ ਭਾਈ ਕਾਨ ਸਿੰਘ ਜੀ ਨਾਭਾ ਨੇ ਮਾਨਕੋਸ਼ ਵਿੱਚ ਇੱਕ ਬੜਾ ਲੰਮਾ ਚੌੜਾ ਲੇਖ ਲਿਖਿਆ ਹੈ ਉਹ ਸਾਰੇ ਬਾਦਸ਼ਾਹ ਜਿਹੜੇ ਮੁਹੰਮਦ ਗੋਰੀ ਤੋਂ ਲੈ ਕੇ ਉਸ ਤੋਂ ਵੀ ਪਹਿਲਾਂ ਹਿੰਦੁਸਤਾਨ ਦੇ ਵਿੱਚ ਕਿਹੜੇ-ਕਿਹੜੇ ਆਏ ਕਿਸੇ ਨੇ 2 ਸਾਲ ਕਿਸੇ ਨੇ 10 ਸਾਲ ਕਿਸੇ ਨੇ 20 ਸਾਲ ਰਾਜ ਕੀਤਾ ਤੇ ਲਾਸਟ ਸਭ ਤੋਂ ਬਾਦਸ਼ਾਹ ਬਹਾਦਰ ਸ਼ਾਹ ਜਫਰ 1858 57 ਦੇ ਵਿੱਚ ਅੰਗਰੇਜ਼ਾਂ ਨੇ ਇਹਨੂੰ ਰੰਗੂਨ ਭੇਜ ਦਿੱਤਾ ਸੀ ਜੇਲ੍ਹ ਵਿੱਚ ਲਾਸਟ ਬਾਦਸ਼ਾਹ ਸੀਗਾ ਮੇਰਾ ਖਿਆਲ ਹੈ 43 ਜਾਂ 48 ਤੱਕ ਇਹ ਬਾਦਸ਼ਾਹ ਦੀ ਗਿਣਤੀ ਉੱਥੇ ਲਿਖੀ ਹੋਈ ਹੈ ਸਾਰਿਆਂ ਦੀਆਂ ਡੇਟਾਂ ਤੱਕ ਲਿਖੀਆਂ ਹੋਈਆਂ ਵੀ ਕਿਹੜਾ ਕਿਹੜੀ ਡੇਟ ਨੂੰ ਬਾਦਸ਼ਾਹ ਬਣਿਆ ਕਿਹੜੀ ਡੇਟ ਨੂੰ ਉਹਦਾ ਰਾਜ ਖਤਮ ਹੋਇਆ ਸੋ ਇਹ ਜਿਹੜੇ ਤੁਹਾਡੇ ਸਮੇਂ ਚ ਬਾਦਸ਼ਾਹ ਚੱਲੇ ਕੁਝ ਸਮੇਂ ਤੋਂ ਕਿਸ ਹੋਂ ਨ ਕਬ ਇਹ ਗਿਰ ਬਖਾਨੀ ਤੇ ਤੁਹਾਡੇ ਮੁਸਲਮਾਨ ਬਾਦਸ਼ਾਹ ਤੇਰਾ ਪਿਓ ਵੀ ਸ਼ਾਹਜਹਾਨ ਵੀ ਆਉਂਦਾ ਰਿਹਾ ਮਥਰਾ ਵਿੱਚ ਤੇਰਾ ਦਾਦਾ ਜਹਾਂਗੀਰ ਵੀ ਆਉਂਦਾ ਰਿਹਾ ਤੇਰਾ ਪਰਦਾਦਾ ਅਕਬਰ ਵੀ ਆਉਂਦਾ ਰਿਹਾ ਪਰ ਕਿਸੇ ਤੁਹਾਡੇ ਬਾਦਸ਼ਾਹ ਨੇ ਸਾਨੂੰ ਇਦਾਂ ਨਹੀਂ ਆਖਿਆ ਵੀ ਆਪਣੀ ਪੂਜਾ ਪદ્ધਤੀ ਛੱਡ ਕੇ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਓ ਕਰ ਹੰਕਾਰ ਜੋ ਤੁਮ ਅਬਠਾਨੀ ਜੋ ਤੁਸੀਂ ਹੰਕਾਰ ਜੇ ਨੇ ਆ ਗਏ ਹੋ ਤੇ ਤੁਸੀਂ ਸਾਡੇ ਧਰਮ ਨੂੰ ਹੀ ਚੈਲੰਜ ਕਰਨ ਲੱਗ ਪਏ ਹੋ ਇਹ ਗੱਲ ਚੰਗੀ ਨਹੀਂ ਹੈ ਆਪ ਆਪਣੇ ਮਤ ਸਬ ਰਹੇ ਆਪਣੇ ਆਪਣੇ ਮਤ ਵਿੱਚ ਸਾਰੇ ਰਹਿੰਦੇ ਰਹੇ ਨੇ ਪਹਿਲਾਂ ਤੋਂ ਹੀ ਕਰ ਸ਼ਭ ਕਰਮ ਊਚ ਪਦ ਲਹੈ ਸ਼ੁਭ ਕਰਮ ਕਰਕੇ ਉੱਚੇ ਰਾਹ ਤੇ ਤੁਰੇ ਨੇ ਕੋਈ ਹਿੰਦੂ ਹੋਵੇ ਮੁਸਲਮਾਨ ਹੋਵੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੂੰ ਹਿੰਦੂ ਬਣ ਪਰ ਤੁਸੀਂ ਸਾਨੂੰ ਬਿਨਾ ਕਹੋ ਵੀ ਮੁਸਲਮਾਨ ਬਣ ਬਿਨ ਕਰਨੀ ਹਿੰਦੂ ਕਿਆ ਤੁਰਕ ਨਾਲੇ ਗਾਲੇ ਆ ਬਾਦਸ਼ਾਹ ਤੁਸੀਂ ਕਹਿੰਦੇ ਹੋ ਵੀ ਮੁਸਲਮਾਨ ਜੰਨਤ ਨੂੰ ਜਾਣਗੇ ਹਿੰਦੂ ਦੋਜਕ ਨੂੰ ਜਾਣਗੇ ਨਹੀਂ ਅੱਲਾ ਦੇ ਘਰ ਭਗਵਾਨ ਦੇ ਘਰ ਪ੍ਰਮਾਤਮਾ ਦੇ ਘਰ ਸਿਰਫ ਕਰਨੀ ਜਾਏਗੀ ਚੰਗੀ ਕਰਨੀ ਭਵੇਂ ਹਿੰਦੂ ਹੋਵੇ ਭਵੇਂ ਮੁਸਲਮਾਨ ਚੰਗੀ ਕਰਨੀ ਕਰੇਗਾ ਤੇ ਜਾਏਗਾ ਤੇ ਜੇ ਕਰਨੀ ਮਾੜੀ ਹੈ ਤੇ ਫੇਰ ਉੱਥੇ ਨਾ Hindu ਦਾ ਲਿਹਾਜ ਐ ਨਾ Musalman ਦਾ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਓ ਨਵੇਂ ਜਿਨ ਕੀ ਲੇਖੈ ਪਤ ਪਵੈ ਚੰਗੇ ਸਈ ਗੇ ਸੋ ਕਨਹ ਹੈ ਪਾਇਤ ਪਰਤੇ ਨਰਕ ਹਾਂ ਸੁਖ ਨਹੀਂ ਮਿਲਦਾ ਨਰਕਾਂ ਚ ਪੈਂਦੇ ਬੰਦੇ ਮਾੜੀ ਕਰਨੀ ਵਾਲੇ ਭਵੇਂ Hindu ਹੋਣ ਭਵੇਂ Musalman ਹੋਣ ਇਤਿਹਾਦਿਕ ਕਰ ਕਸ ਬਚ ਰਹੇ ਇਦਾਂ ਉਹਨਾਂ ਸਾਧਾਂ ਬਿਰਾਗੀਆਂ ਨੇ ਉਹਨਾ ਪੰਡਤਾਂ ਨੇ ਜਦੋਂ ਬਾਦਸ਼ਾਹ ਨੂੰ ਜਵਾਬ ਦਿੱਤਾ ਨਾ ਥੋੜਾ ਕਰੜਾ ਜਵਾਬ ਦਿੱਤਾ ਗੱਲ ਵੀ ਕਰੜੀ ਕਰਨੀ ਪੈਣੀ ਸੀ ਕਿਉਂਕਿ ਉਹ ਉਹਨਾਂ ਵਾਸਤੇ ਤਾਂ ਇੱਕ ਅਸਮਾਨੀ ਬਿਜਲੀ ਆ ਗਈ ਸੀ ਉਹਨਾਂ ਨੇ ਸੋਚਿਆ ਹੀ ਨਹੀਂ ਸੀ ਵੀ ਏਦਾਂ ਵੀ ਕੋਈ ਸਾਨੂੰ ਕਹੇਗਾ ਵੀ ਸਾਰੇ ਮੰਦਰਾਂ 'ਚੋਂ ਬਾਹਰ ਨਿਕਲੋ ਤੇ ਮੁਸਲਮਾਨ ਬਣੋ ਇੱਥੋਂ ਤੱਕ ਤਾਂ ਗੱਲ ਨਹੀਂ ਆਪੜੀ ਚਲੋ ਇੱਕ ਅੱਧੇ ਨੂੰ ਕਿਸੇ ਨੂੰ ਫੜ ਕੇ ਮੁਸਲਮਾਨ ਬਣਾਤਾ ਹੋਵੇਗਾ ਪਹਿਲਾਂ ਜਾਂ ਕਿਸੇ ਨੂੰ ਘੋਇਆ ਹੋਵੇਗਾ ਘਟ ਬਾਦ ਪਰ ਇੰਨਾ ਸ਼ਰਿਆਂ 5000 ਮੰਦਰ ਢਾਹ ਦਈਏ ਤੇ ਸਾਰੇ ਆਪਾਂ ਮੁਸਲਮਾਨ ਬਣ ਜਾਈਏ ਇਹ ਤਾਂ ਬੜਾ ਇਕਦਮ ਹੀ ਔਖਾ ਹੈ ਨਾ ਤੋਂ ਸਾਰਿਆਂ ਨੇ ਜਵਾਬ ਸਾਫ਼ ਦੇਤਾ ਵੀ ਅਸੀਂ ਜੀ ਮੁਸਲਮਾਨ ਨਹੀਂ ਬਣ ਸਕਦੇ ਤੇ ਅਸੀਂ ਆਪਣੇ ਧਰਮ ਦੇ ਮੰਦਰਾਂ ਨੂੰ ਨਹੀਂ ਛੱਡ ਸਕਦੇ ਸੁਨਤਨ ਰੰਗੇ ਕੋ ਮਨ ਦਹੇ ਸੁਣ ਕੇ ਰੰਗਜੀਤ ਦੇ ਮਨ ਨੂੰ ਅੱਗ ਲੱਗ ਗਈ ਗੁੱਸਾ ਚੜ ਗਿਆ ਕਹ ਹੱਤਪਾਇਓ ਐ ਮਮੂਡ ਗਵਾਰ ਮੂਰਖ ਔਰੰਗਾ ਇਉਂ ਕਹਿਣ ਲਗਾ ਤਬ ਜਾਣ ਹੈ ਜਬ ਸਿਰ ਹੋਏ ਮਾਰ ਕਹਿੰਦਾ ਤੁਸੀਂ ਮੇਰੇ ਸਾਹਮਣੇ ਬੋਲ ਦਿਓ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਹਾਡੇ ਸਿਰ 'ਚ ਛੇਤਰ ਪੈਣਗੇ ਮਾਰ ਪਵੇਗੀ ਹੁਕਮ ਦਿਓ ਮੰਦਰ ਦੇਹੁਗੇਰ ਫਿਰ ਆਪਣੇ ਅਫਸਰਾਂ ਨੂੰ ਹੁਕਮ ਦੇਤਾ ਕਹਿੰਦਾ ਜਿੰਨੇ ਮੰਦਰ ਨੇ ਢਾ ਢੇਰੀ ਕਰ ਦਿਓ ਤਬਾਹ ਕਰ ਦਿਓ ਸਾਰੇ ਵੱਡੇ ਵੱਡੇ ਮੰਦਰ ਮਿੱਟੀ 'ਚ ਮਿਲਾ ਦਿਓ ਮੂਰਤ ਭਗਨ ਅੰਗ ਬਖੇਰ ਇਹਨਾਂ ਦੀਆਂ ਜਿਹੜੀਆਂ ਮੂਰਤੀਆਂ ਅੰਦਰ ਪਈਆਂ ਨੇ ਉਹਨਾਂ ਦੇ ਹੱਥ ਪੈਰ ਮੂੰਹ ਨੱਕ ਤੋੜ ਦਿਓ ਮੂਰਤੀਆਂ ਨੂੰ ਭੰਨ ਭੰਨ ਕੇ ਮਸੀਤਾਂ ਦੇ ਦਰਵਾਜ਼ਿਆਂ ਦੇ ਥੱਲੇ ਲਾਓ ਤਾਂ ਕਿ ਉੱਤੋਂ ਦੀ ਮੁਸਲਮਾਨ ਨਮਾਜ਼ ਪੜਨ ਲਈ ਅੰਦਰ ਵੜਨ ਬਹੁਤ ਸਾਰੀਆਂ ਮਸੀਤਾਂ ਐਸੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਦਰਵਾਜ਼ਿਆਂ ਦੇ ਵਿੱਚ ਪੱਥਰ ਉਹ ਲਾਏ ਗਏ ਨੇ ਜਿਹੜੇ ਕਿਸੇ ਜ਼ਮਾਨੇ ਵਿੱਚ ਅੰਦਰ ਮੂਰਤੀ ਦੇ ਰੂਪ ਚ ਪੂਜੇ ਜਾਂਦੇ ਸੀਗੇ ਉਥੋਂ ਲਿਆ ਲਿਆ ਕੇ ਤੋੜ-ਤੋੜ ਕੇ ਤੇ ਦਰਵਾਜ਼ਿਆਂ 'ਚ ਲਾ ਦਿੱਤੇ ਵੀ ਜਦੋਂ ਮੁਸਲਮਾਨ ਨਮਾਜ਼ ਪੜਨ ਪੈਰ ਉੱਤੇ ਰੱਖ ਕੇ ਮੂਰਤੀ ਦੇ ਜਾਣ ਤੇ ਜਿੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਉਹ ਵੀ ਮੰਦਿਰ ਢਾ ਕੇ ਉੱਥੇ ਮਸਜਿਦ ਬਣਾ ਦਿੱਤੀ ਉਹ ਅਜੇ ਵੀ ਮਸਜਿਦ ਹੀ ਹੈ ਅਜੇ ਵੀ ਅਸੀਂ ਉੱਥੇ ਦੋ ਵਾਰ ਹੀ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਉੱਥੇ ਗਏ ਐ ਤੇ ਸਾਧ ਸੰਗਤ ਜੀ ਉੱਥੇ ਗੁਰੂ ਰੂਪ ਕੀ ਖੋਈ ਕਰਕੇ ਗੁਰਦੁਆਰਾ ਹੈ ਦੋ ਤਿੰਨ ਗੁਰਦੁਆਰੇ ਨੇ ਕਿ ਮਹਾਰਾਜ ਸਤੇਪਾਸਾ ਕਲਗੀਧਰ ਪਿਤਾ ਜੀ ਵੀ ਉੱਥੇ ਗਏ ਆ ਤੇ ਮਾਤਾ ਸੁન્દਰੀ ਜੀ ਤਾਂ ਬਹੁਤ ਸਮਾਂ ਮਥਰਾ ਚ ਰਹੇ ਵੀ ਆ ਕਾਫੀ ਸਾਲ ਉੱਥੇ ਰਹੇ ਆ ਲਗਭਗ 5 ਸਾਲ ਉੱਥੇ ਰਹੇ ਆ ਮਾਤਾ ਜੀ ਦਾ ਘਰ ਹਵੇਲੀ ਗੁਰਦੁਆਰਾ ਬਣਿਆ ਹੋਇਆ ਜਿਹੜੀ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਖੂਈ ਦੀ ਕਰਾਮਾਤ ਹੈ ਉਹ ਪਰਤੱਖ ਹੈ ਉੱਥੇ ਉਹ ਦੇਖਣ ਵਾਲੀ ਹੈ ਸਾਰੇ ਸ਼ਹਿਰ ਦਾ ਪਾਣੀ ਇੰਨਾ ਖਾਰਾ ਇੰਨਾ ਕੌੜਾ ਸਾਰੇ ਮਥਰਾ ਜੀ ਸਟੇਸ਼ਨ ਤੇ ਵੀ ਪਾਣੀ ਕੌੜਾ ਮੰਦਰ ਜਿੱਥੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਜਨਮ ਭੂਮੀ ਉੱਥੇ ਵੀ ਕੋੜਾ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਖੂਹ ਹੀ ਦਾ ਪਾਣੀ ਮਿੱਠਾ ਹੈ ਸਾਰਾ ਸ਼ਹਿਰ ਉੱਥੋਂ ਪਾਣੀ ਪੀਂਦਾ ਇਹ ਵੀ ਉੱਥੇ ਗੁਰੂ ਨਾਨਕ ਸਾਹਿਬ ਦੀ ਪ੍ਰਤਕਲਾ ਹੈ ਸੋ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਮੰਦਰ ਇਹਨਾਂ ਨੇ ਢਾਹ ਦਿੱਤਾ ਹੈ ਮੰਦਰ ਕਿਵੇਂ ਢਾਹੇ ਨੇ ਕਿਵੇਂ ਤਬਾਹੀ ਕੀਤੀ ਹੈ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਏ ਗੋਬਿੰਦ ਏ ਗੋਪੀ